धर्म राही सच के प्रचार ते प्रसार नु समर्पित सबसक्राइब करो साडा नवा चैनल द खालस टीवी धर्म। गुरु तेग बहादुर सिमरिया, गुरु तेग बहादुर सिमरिया, कर नौ निधि आवे ताए, कर नौ निधि आवे ताए, गुरु तेग बहादुर सिमरिया, गुरु तेग बहादुर सिमरिया, गुरु हर कृष्ण ते आए, गुरु हर कृष्ण। जदों दोबारा पुजारी गुरु साहब दे कोल माफी मंगण आए वल्ले दी धरती ते, तां गुरु साहब ने उन्हां मसंदां नूं की आख्या है? गुरु तेग बहादुर जी उन्होंने कहा सी, नह मसंदन हम तुम अमृत सरिए, तृष्णा अगन ते अंतर सड़ी। दो नंबर इन्हां नूं भी दिते जाण। दरबार साहब दे बाहर श्री अकाल तख्त साहब दे कोल उत्थे किहड़ा गुरद्वारा साहब सुशोभित आ? ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉੱਥੇ ਥੜਾ ਸਾਹਿਬ ਗੁਰਦੁਆਰਾ ਸੁਸ਼ੋਭਿਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਇਸ ਵਾਰ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਅੱਜ ਅਸੀਂ ਵੀ ਇੱਕ ਨਿੱਕਾ ਜਿਹਾ ਉਪਰਾਲਾ ਦਾ ਖਾਲਸ ਟੀਵੀ ਧਰਮ 'ਤੇ ਤੁਹਾਡੇ ਸਭ ਦੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ। ਬਹੁਤ ਜ਼ਰੂਰੀ ਹੁੰਦਾ ਹੈ ਇਤਿਹਾਸ ਦੇ ਨਾਲ ਬੱਚਿਆਂ ਨੂੰ ਜੋੜਨਾ, ਕਿਉਂਕਿ ਜਿਹੜਾ ਇਹ ਭਵਿੱਖ ਹੁੰਦਾ, ਬੱਚੇ ਕੌਮ ਦਾ ਭਵਿੱਖ ਹੁੰਦੇ ਨੇ, ਅਤੇ ਜੇ ਸਾਨੂੰ ਇਤਿਹਾਸ ਦੀ ਜਾਣਕਾਰੀ ਹੀ ਨਾ ਹੋਵੇ ਤਾਂ ਫਿਰ ਸ਼ਾਇਦ ਹੌਲੀ ਹੌਲੀ ਕੌਮਾਂ ਦੀ ਜਿਹੜੀ ਜਾਨ ਹੈ, ਜਿੰਦ ਜਾਨ ਹੈ, ਉਹ ਖਤਮ ਹੋ ਜਾਂਦੀ ਹੈ। ਸੋ ਅੱਜ ਅਸੀਂ ਪਹੁੰਚੇ ਹੋਏ ਹਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਆਪਣੇ ਘਰ ਦੇ ਵਿੱਚ, ਆਪਣੇ ਫਾਊਂਡੇਸ਼ਨ ਦੇ ਵਿੱਚ। ਪਹਿਲਾਂ ਵੀ ਆਪਾਂ ਇੱਕ ਦੋ ਵਾਰੀ ਪ੍ਰੋਗਰਾਮ ਕਰ ਚੁੱਕੇ ਹਾਂ, ਬੱਚੇ ਬਹੁਤ ਹੀ ਕਹਿ ਸਕਦੇ ਹਾਂ ਕਿ ਜਾਣਕਾਰੀ ਰੱਖਣ ਵਾਲੇ ਨੇ, ਅਤੇ ਅੱਜ ਅਸੀਂ ਸਾਰਾ ਜਿਹੜਾ ਇਹ ਕੁਇਜ਼ ਇੱਕ ਕੰਪੀਟੀਸ਼ਨ ਹੈ ਉਹ ਬੱਚਿਆਂ ਦੇ ਵਿੱਚ ਕਰਵਾਵਾਂਗੇ। ਕੁਇਜ਼ ਕੰਪੀਟੀਸ਼ਨ ਦਾ ਮਕਸਦ ਇਹੀ ਹੈ ਕਿ ਇਹਨਾਂ ਨੂੰ ਸੁਣ ਕੇ, ਇਹਨਾਂ ਨੂੰ ਦੇਖ ਕੇ, ਇਹਨਾਂ ਬੱਚਿਆਂ ਤੋਂ ਪ੍ਰੇਰਣਾ ਲੈ ਕੇ ਸਾਡੇ ਜਿਹੜੇ ਬਾਕੀ ਬੱਚੇ ਨੇ ਉਹ ਵੀ ਆਪਣੇ ਮਨ ਦੇ ਵਿੱਚ ਇਹ ਨਿਸ਼ਚਾ ਕਰਨ ਕਿ ਅਸੀਂ ਵੀ ਗੁਰੂ ਸਾਹਿਬਾਨਾਂ ਦੇ ਬਾਰੇ ਜਾਣਨਾ ਹੈ। ਅੱਜ ਬਹੁਤ ਹੀ ਦੁੱਖ ਲੱਗਦਾ ਜਦੋਂ ਕਈ ਵਾਰੀ ਬੱਚਿਆਂ ਨੂੰ ਪੁੱਛੀਦਾ, 10 ਗੁਰੂ ਸਾਹਿਬਾਨਾਂ ਦੇ ਨਾਮ ਨਹੀਂ ਪਤਾ ਹੁੰਦੇ, ਅਤੇ ਅੱਜ ਆਪਾਂ ਇਹਨਾਂ ਬੱਚਿਆਂ ਤੋਂ ਜਾਣਾਂਗੇ ਕਿ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਇਹ ਪਿਆਰੇ ਬੱਚੇ ਕਿੰਨਾ ਕੁ ਜਾਣਦੇ ਨੇ। ਸੋ ਇਹ ਜਿਹੜਾ ਕੁਇਜ਼ ਕੰਪੀਟੀਸ਼ਨ ਹੈ ਨਿੱਕਾ ਜਿਹਾ ਰੱਖਿਆ ਆਪਾਂ, 4 ਟੀਮਾਂ ਹੈਗੀਆਂ ਨੇ। ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜਿਹੜੇ ਕਿ ਇਸ ਸੰਸਥਾ ਦੇ ਮੁੱਖ ਸੇਵਾਦਾਰ ਹੈਗੇ ਨੇ, ਮੁੱਖ ਪ੍ਰਬੰਧਕ ਹੈਗੇ ਨੇ, ਉਹ ਹੋਸਟ ਕਰਨਗੇ ਪ੍ਰੋਗਰਾਮ ਨੂੰ, ਯਾਨੀ ਕਿ ਉਹ ਕੁਐਸਚਨ ਪੁੱਛਣਗੇ, ਸਵਾਲ ਪੁੱਛਣਗੇ। 4 ਟੀਮਾਂ ਨੇ, ਮੈਂ ਸਾਰੀਆਂ ਟੀਮਾਂ ਦੇ ਨਾਲ ਤੁਹਾਡਾ ਜ਼ਰੂਰ ਪਹਿਲਾਂ ਤਾਰੁਫ ਕਰਵਾ ਦੇਵਾਂ। ਸਭ ਤੋਂ ਪਹਿਲੀ ਟੀਮ ਹੈ ਜਿਹੜੀ ਭਾਈ ਮਤੀ ਦਾਸ ਦੀ ਟੀਮ ਹੈਗੀ ਹੈ, ਇਹ ਤੁਸੀਂ ਦੇਖ ਸਕਦੇ ਹੋ। ਭਾਈ ਮਤੀ ਦਾਸ ਦੀ ਟੀਮ 6 ਇਹਦੇ ਵਿੱਚ ਟੀਮ ਦੇ ਵਿੱਚ ਸਾਥੀ ਹੈਗੇ ਨੇ। ਉਸ ਤੋਂ ਬਾਅਦ ਭਾਈ ਸਤੀ ਦਾਸ ਟੀਮ ਇੱਧਰ ਬੈਠੀ ਹੈਗੀ ਹੈ, ਅਤੇ ਸਾਰੇ ਆਪਣਾ ਹੱਥ ਜੋੜ ਕੇ ਫਤਿਹ ਬੁਲਾਉਂਦੇ ਰਹੋ। ਉਸ ਤੋਂ ਬਾਅਦ ਭਾਈ ਦਿਆਲਾ ਜੀ ਟੀਮ ਹੈਗੀ ਹੈ, ਭਾਈ ਦਿਆਲਾ ਜੀ ਟੀਮ ਇਹ ਵਾਲੀ ਟੀਮ ਹੈਗੀ ਹੈ, ਅਤੇ ਉਸ ਤੋਂ ਬਾਅਦ ਭਾਈ ਜੈਤਾ ਜੀ ਟੀਮ। 4 ਟੀਮਾਂ ਹੈਗੀਆਂ ਨੇ, ਚਾਰਾਂ ਟੀਮਾਂ ਨੂੰ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਨਿਯਮ ਦੱਸ ਦਿੰਦੀ ਹਾਂ। ਸਾਰੀਆਂ ਟੀਮਾਂ ਨੂੰ ਇੱਕ ਇੱਕ ਸਵਾਲ ਹੈ ਜਿਹੜਾ ਉਹ ਪੁੱਛਿਆ ਜਾਏਗਾ, ਇੱਕ ਸਵਾਲ ਦੇ 2 ਨੰਬਰ ਹੋਣਗੇ, 8 ਰਾਊਂਡ ਹੋਣਗੇ ਆਪਣੇ ਪੂਰੇ ਪ੍ਰੋਗਰਾਮ ਦੇ। ਹਰ 2 ਰਾਊਂਡ ਤੋਂ ਬਾਅਦ ਤੁਹਾਨੂੰ ਨੰਬਰ ਦੱਸੇ ਜਾਣਗੇ। ਪੁਨੀਤ ਕੌਰ ਆਪਣਾ ਸਕੋਰ ਲਿਖ ਰਹੇ ਨੇ, ਉਹ 2-2 ਰਾਊਂਡਸ ਤੋਂ ਬਾਅਦ ਸਕੋਰ ਆਪਾਂ ਨੂੰ ਦੱਸਣਗੇ। ਹਰ ਟੀਮ ਨੂੰ ਪਹਿਲਾਂ ਇੱਕ ਸਵਾਲ ਪੁੱਛਿਆ ਜਾਏਗਾ, ਜੇ ਤੁਸੀਂ ਸਹੀ ਉੱਤਰ ਦਿੰਦੇ ਹੋ 15 ਸਕਿੰਟਾਂ ਦੇ ਵਿੱਚ ਤਾਂ ਤੁਹਾਨੂੰ 2 ਨੰਬਰ ਮਿਲਣਗੇ, ਜੇ ਤੁਸੀਂ 15 ਸਕਿੰਟ 'ਚ ਉੱਤਰ ਨਹੀਂ ਦੇ ਪਾਉਂਦੇ ਤਾਂ ਅਗਲੀ ਟੀਮ ਤੱਕ ਤੁਹਾਡਾ ਸਵਾਲ ਹੈ ਜਿਹੜਾ ਉਹ ਫਾਰਵਰਡ ਕਰ ਦਿੱਤਾ ਜਾਊਗਾ। ਅਗਲੀ ਟੀਮ ਜੇ ਉਹਦਾ ਸਹੀ ਉੱਤਰ ਦਿੰਦੀ ਹੈ ਤਾਂ ਉਹਨੂੰ 1 ਨੰਬਰ ਮਿਲੇਗਾ।
जे तुसी नहीं जवाब दे पाउंदे तां तुहाडा जिहड़ा स्कोर है वह जीरो रहेगा। सो आस करदे हां कि सारयां नूं हुण तुहानूं रूल्स की समझ आ गई है। हाँ जी बोल दो, जे नहीं समझ आई तां हथ खड़ा कर दो। सो हुण वीर जी कुलदीप सिंह नूं मैं हैंडओवर करदी हां। वीर जी कुलदीप सिंह हुण पहली टीम भाई मती दास जी टीम तो सवाल पुछणगे। वीर जी कुलदीप सिंह। वाहिगुरु जी का खालसा, वाहिगुरु जी की फतेह। कवि सेनापति सिंह ने आख्या, प्रगट भए गुरु तेग बहादुर, सगल सृष्ट पैटा की चादर। गुरु तेग बहादुर साहिब जिन्हां नूं धर्म की चादर आख्या जाता, जिन्हां ने कुल संसार के अंदर मनुखी आजादी की गल की, मनुखी आजादी के वास्ते अपनी शहादत दिती है। सतगुरु गुरु तेग बहादुर साहब जी के 400 साल प्रकाश दिहाड़े के संबंध के आपां एक विज कंपीटीशन कर रहे हैं। सब तो पहला सवाल हैगा भाई मती दास दी टीम नूं, सच्चे पातशाह श्री गुरु तेग बहादुर साहब जी का प्रकाश किन्नी सन दे विच किन्नी तारीख नूं होया? जी मैं माइक देवांगी, उदों ही तुसी उत्तर देना है। तो ये सारयां ने याद रखना है कि एको बार तुसी उत्तर देना उही मन्या जाएगा, उस तो बाद दोबारा उत्तर नहीं सुनिया जाएगा। हाँ जी। वाहिगुरू जी का खालसा, वाहिगुरू जी की फतेह। श्री गुरु तेग बहादुर जी का प्रकाश पुरब 1 अप्रैल 1621 सन होया सी। बिल्कुल इन्हां दा ठीक जवाब हैगा 1 अप्रैल 1621 जी। अगली टीम नूं तुसी पहली टीम नूं 2 स्कोर देने हैगे है। अगली टीम नूं सवाल हैगा भाई सतीदास ग्रुप नूं, सच्चे पातशाह गुरु तेग बहादुर साहब जी का प्रकाश कित्थे होया अते उत्थे हुण किहड़ा गुरद्वारा साहिब सुशोभित है? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ। ਉੱਥੇ ਗੁਰੂ ਕੇ ਮਹਿਲ ਗੁਰਦੁਆਰਾ ਸੁਸ਼ੋਭਿਤ ਹੈ। ਬਿਲਕੁਲ ਠੀਕ ਆ, ਪਰ ਥੋੜ੍ਹਾ ਸੰਭਲ ਕੇ ਜਵਾਬ ਦੇਣਾ, ਹੌਲੀ ਦੇ ਲਓ, ਸਮਝ ਕੇ ਦਿਓ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਗੁਰੂ ਕੇ ਮਹਿਲ ਜਿੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਆ ਉੱਥੇ ਉਹਨਾਂ ਦਾ ਪ੍ਰਕਾਸ਼ जी। दूसरी टीम ने भी सही जवाब दिता है, तां 2 नंबर इन्हां भी दिते जाणगे। हुण भाई दयाला जी टीम दा सवाल। भाई दयाला जी टीम नूं सवाल हैगा, सच्चे पातशाह गुरु तेग बहादुर साहिब जी दे पिता अते उन्हां दी माता जी दा की नाम है? मैं जरूर बेनती करांगी कि सोच के 15 सैकेंड अपने कोल हुंदे ने पूरा सही जवाब सोच के। वाहिगुरू जी का खालसा, वाहिगुरू जी की फतेह। उन्हां दे पिता दा नाम गुरु हरगोबिंद साहिब जी, सच्चे पातशाह गुरु तेग बहादुर साहिब जी दे बचपन दा की नाम सी ते गुरु तेग बहादुर नाम उन्हां दा किवें पिया? एक बारी तुसी आपस च डिस्कस करना चाहुंदे हो कर सकदे हो। वाहिगुरु जी का खालसा, वाहिगुरु जी की फतेह। गुरु तेग बहादुर जी का बचपन का नाम सी त्यागमल जी। एक बारी उन्होंने जंग विच बड़े ही जोरां नाल तेग चलाउंदे हुए उन्होंने साथियों ने देख के नाम रखिया सी वी त्यागमल लई इन्हां दा नाम तेग बहादुर होना चाहिए। दुरुस्त जवाब आ, थोड़ा जिहा नूं ठीक करना। जदों गुरु हरगोबिंद साहब ने उन्हां नूं तेग चलाउंदिआं देखिया तां उन्हां ने आख्या कि इन्हां दा नाम त्यागमल नहीं, इन्हां दा नाम तेग बहादुर है। उदों तो इन्हां दा जवाब नाम जिहड़ा गुरु तेग बहादुर साहब पै गया। 2 नंबर दो नंबर दे दिते जाण। जरूर मैं एक बार फिर तुहानूं सब नूं रिक्वेस्ट करांगी कि तुसीं एक टीम दे विच 6-6 जणे हैगे हो, सो आपस दे विच एक वारी सलाह कर लो। 15 सैकेंड हुंदे ने, 15वें सैकेंड ते भावें तुसीं उठ के जवाब दे सकदे हो आपस दे विच सलाह करके, तां कि कोई दिक्कत ना होवे। दूसरा राउंड शुरू होण लग्गिया हुण। दूसरे राउंड दे विच भाई मती दास दी टीम दा पहला सवाल। ਭਾਈ ਮਤੀ ਦਾਸ ਗਰੁੱਪ ਨੂੰ ਸਵਾਲ ਹੈਗਾ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਰਹਿੰਦੇ ਸਨ ਤਾਂ ਕਿਸ ਗੁਰੂ ਸਾਹਿਬ ਨੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰਗੱਦੀ ਬਖਸ਼ੀ। ਦਰੁਸਤ ਜਵਾਬ ਆ, ਗੁਰੂ ਹਰਕ੍ਰਿਸ਼ਨ ਸਾਹਿਬ ਜੋ 8ਵੇਂ ਪਾਤਸ਼ਾਹ ਨੇ ਸਾਡੇ, ਉਹਨਾਂ ਨੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ। ਜੀ, 2 ਸਕੋਰ ਪਹਿਲੀ ਟੀਮ ਨੂੰ ਦੇ ਦਿੱਤੇ ਜਾਣ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਖਿਆ ਕਿ ਇਹ ਗੁਰੂ ਅਣ ਗੁਰੂ ਤੇਗ ਬਹਾਦਰ ਸਾਹਿਬ ਹੋਣਗੇ, ਉਹਨਾਂ ਦੇ ਕੀ ਬੋਲ ਸਨ?
जेडे उन्होंने दिल्ली की धरती से आखे। भाई सतीदास टीम का सवाल है। वाहिगुरु जी का खालसा वाहिगुरु जी की फतेह। गुरु हरकृष्ण साहब जी ने बोलिया है कि बाबा वसे ग्राम बकाले अपनी संगत आप संभाले। बिल्कुल दुरुस्त जवाब इन्हां दा। जी बहुत सही आंसर। तीसरी टीम भाई दयाला जी नूं सवाल आ। बाबा वसे ग्राम बकाले अपनी संगत आप संभाले इहदा की अर्थ आ, इहदा की मतलब आ? समा हैगा तुसीं डिस्कस करके उत्तर दिओ जरूर। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਰਾਣੇ ਸਮੇਂ ਦੇ ਵਿੱਚ ਅਤੇ ਹੁਣ ਵੀ ਜਿਹੜਾ ਬਾਬਾ ਸ਼ਬਦ ਆ ਉਹ ਆਪਣੇ ਦਾਦਾ ਜੀ ਵਾਸਤੇ ਵਰਤਿਆ ਜਾਂਦਾ ਸੀ, ਅਤੇ ਉਸੇ ਤਰ੍ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਜੀ ਵੀ ਦਾਦਾ ਜੀ ਅਤੇ ਦਾਦਾ ਜੀ ਰੱਖਦੇ ਸੀ ਕਿਉਂਕਿ ਉਹਨਾਂ ਦੇ ਪਿਤਾ ਜੀ ਦੇ ਭਰਾ ਸੀ। ਗਲਤ ਆ, ਥੋੜ੍ਹਾ ਜਿਹਾ ਇਹਨਾਂ ਕੋਲ ਮਿਸਟੇਕ ਹੋ ਗਈ ਜੀ। ਆਪਾਂ ਅਗਲੀ ਟੀਮ ਨੂੰ ਫਿਰ ਇਹ ਸਵਾਲ ਹੈ ਜਿਹੜਾ ਉਹ ਫਾਰਵਰਡ ਕਰ ਦਿੰਦੇ ਹਾਂ। ਹਾਂਜੀ ਸਾਰੇ ਜਣੇ ਮੈਂ ਕਹਾਂਗੀ ਨਾਮ ਜ਼ਰੂਰ ਦੱਸਦਿਆ ਕਰੋ ਜੋ ਤੁਸੀਂ ਉੱਤਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪਲਵੀਰ ਸਿੰਘ ਹੈ ਜੀ, ਅਤੇ ਪੁਰਾਣਿਆਂ ਸਮਿਆਂ ਵਿੱਚ ਜ਼ਿਆਦਾਤਰ ਨਾ ਜੀ ਬਾਬਾ ਜੀ ਉਹਨਾਂ ਨੂੰ ਹੀ ਕਿਹਾ ਜਾਂਦਾ ਸੀਗਾ ਜਿਹੜਾ ਹੁਣ ਉਹਨਾਂ ਨੇ ਦੱਸਿਆ ਸੀ ਵੀ ਨਹੀਂ, ਅਤੇ ਉਸ ਟਾਈਮ ਵੀ ਉਹਨਾਂ ਨੇ ਇਹਦਾ ਭਾਵ ਇਹ ਆ ਵੀ ਬਾਬਾ ਜੀ ਆ ਜਿਹੜੇ ਉਹ ਬਕਾਲੇ ਵਿੱਚ ਵੱਸਦੇ ਨੇ ਅਤੇ ਜਿਹੜੇ ਆਪਣੀ ਸੰਗਤ ਆਪ ਸੰਭਾਲਦੇ ਆ। ਨਹੀਂ ਉੱਤਰ ਦੇ ਸਕੇ ਜੀ। ਬਾਬਾ ਪੜਦਾਦੇ ਨੂੰ ਕਿਹਾ ਜਾਂਦਾ। ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਆ ਉਹ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਦੇ ਪੜਦਾਦਾ ਜੀ ਲੱਗਦੇ ਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਆ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦੇ ਪੁੱਤਰ ਆ ਗੁਰੂ ਹਰ ਰਾਏ ਸਾਹਿਬ ਜੀ। ਗੁਰੂ ਹਰ ਰਾਏ ਸਾਹਿਬ ਦੇ ਪੁੱਤਰ ਆ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਇਸ ਤਰੀਕੇ ਦੇ ਨਾਲ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਆ ਉਹ ਪੜਦਾਦਾ ਜੀ ਲੱਗਦੇ ਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਆ ਨਾ, ਅਤੇ ਬਾਬਾ ਗੁਰਦਿੱਤਾ ਜੀ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਆ, ਪੜਦਾਦਾ ਜੀ ਲੱਗਦੇ ਆ। ਉਹਨਾਂ ਨੇ ਆਖਿਆ ਕਿ ਬਾਬਾ ਜੋ ਬਾਬਾ ਜੀ ਆ ਉਹ ਉੱਥੇ ਬਕਾਲੇ ਦੀ ਧਰਤੀ 'ਤੇ ਆ, ਅਤੇ ਜੋ ਇਹ ਗੁਰੂ ਪੰਥ ਆ ਗੁਰੂ ਸੰਗਤ ਆ ਇਹਨਾਂ ਨੂੰ ਹੁਣ ਉਹ ਆਪ ਹੀ ਸੰਭਾਲਣਗੇ। ਇਸ ਕਰਕੇ ਜਿਹੜੀ ਭਾਈ ਦਿਆਲਾ ਜੀ ਦੀ ਟੀਮ ਆ ਇਹਨੂੰ ਇਹਦਾ ਕੋਈ ਨੰਬਰ ਨਹੀਂ ਦਿੱਤਾ ਜਾਵੇ। ਤੇ ਇਹ ਮੈਂ ਸ਼ੁਰੂਆਤ ਦੇ ਵਿੱਚ ਦੱਸਣਾ ਭੁੱਲ ਗਈ ਸੀ ਕਿ ਜੇ ਤੁਸੀਂ ਗਲਤ ਉੱਤਰ ਦਿੰਦੇ ਹੋ ਤਾਂ ਤੁਹਾਡਾ ਇੱਕ ਨੰਬਰ ਮਾਈਨਸ ਹੋ ਜਾਏਗਾ, ਇੱਕ ਪੁਆਇੰਟ ਮਾਈਨਸ ਹੋ ਜਾਏਗਾ। ਸੋ ਪਹਿਲਾਂ ਇਹ ਰੂਲ ਦੱਸਿਆ ਨਹੀਂ ਸੀ, ਸੋ ਹੁਣ ਇਹ ਅੱਗੇ ਤੋਂ ਅਪਲਾਈ ਹੋਏਗਾ, ਇਸ ਕਰਕੇ ਤੁਸੀਂ ਸੋਚ ਸਮਝ ਕੇ ਉੱਤਰ ਦੇਣਾ। ਹੁਣ ਭਾਈ ਜੈਤਾ ਜੀ ਟੀਮ ਦਾ ਸਵਾਲ। ਭਾਈ ਜੈਤਾ ਜੀ ਗਰੁੱਪ ਨੂੰ ਸਵਾਲ ਹੈਗਾ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਖਿਆ ਬਾਬਾ ਵਸੇ ਗ੍ਰਾਮ ਬਕਾਲੇ ਆਪਣੀ ਸੰਗਤ ਆਪ ਸੰਭਾਲੇ, ਤਾਂ ਕਿੰਨੇ ਦੇਹਧਾਰੀ ਗੁਰੂ ਬਕਾਲੇ ਦੀ ਧਰਤੀ ਦੇ ਉੱਤੇ ਆਪਣੀਆਂ ਗੱਦੀਆਂ ਲਾ ਕੇ ਗੁਰੂ ਬਣਨ ਦਾ ਦਾਅਵਾ ਕਰਨ ਲੱਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਬਣਾਉਣ ਲੱਗੇ ਉਦੋਂ ਉੱਥੇ 22 ਜਣੇ ਬੈਠੇ ਸੀਗੇ, ਆਪਣੇ ਆਪ ਨੂੰ ਗੁਰੂ ਸਮਝਣ ਦੇ ਸੀ ਗੁਰੂ ਬਣਨ ਨੂੰ। ਨਾਮ ਦੱਸੋ। ਜਸਮੀਤ ਸਿੰਘ। ਠੀਕ ਆ ਜਵਾਬ ਇਹਨਾਂ ਦਾ। 22 ਜਾਣੇ ਬਹਿ ਗਏ ਸੀ, ਕਿੰਨੇ ਜਾਣੇ ਬਹਿ ਗਏ ਸੀ? 22 ਜਾਣਿਆਂ ਨੇ ਹੋਰਾਂ ਨੇ ਆਖਿਆ ਵੀ ਅਸੀਂ ਵੀ ਗੁਰੂ ਹਾਂ ਤੇ ਸਾਨੂੰ ਆਣ ਕੇ ਮੱਥਾ ਟੇਕੋ। ਜੀ ਬਿਲਕੁਲ, ਦੋ ਰਾਊਂਡ ਪੂਰੇ ਹੋ ਚੁੱਕੇ ਨੇ। ਤੀਸਰੇ ਰਾਊਂਡ ਤੋਂ ਪਹਿਲਾਂ ਮੈਂ ਪੁਨੀਤ ਕੌਰ ਨੂੰ ਕਹਾਂਗੀ ਕਿ ਉਹ ਸਕੋਰ ਆਪਣਾ ਜ਼ਰੂਰ ਦੱਸਣ ਕਿ ਹੁਣ ਤੱਕ ਦਾ ਸਕੋਰ ਕਿੰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਊਂਡ 1 ਦੇ ਵਿੱਚ ਭਾਈ ਮਤੀਦਾਸ ਜੀ ਦੇ 2 ਨੰਬਰ ਆਏ ਨੇ, ਤੇ ਰਾਊਂਡ 2 ਦੇ ਵਿੱਚ ਵੀ ਉਹਨਾਂ ਨੇ ਸਹੀ ਜਵਾਬ ਦਿੱਤਾ ਸੀ ਤੇ 2 ਨੰਬਰ ਆਏ ਸੀ, ਤੇ ਹੁਣ ਤੱਕ 2 ਰਾਊਂਡ ਦੇ ਵਿੱਚ ਕੁੱਲ ਇਹਨਾਂ ਦੇ 4 ਨੰਬਰ ਬਣੇ ਨੇ। ਭਾਈ ਸਤੀਦਾਸ ਜੀ ਦੇ ਰਾਊਂਡ 1 ਦੇ ਵਿੱਚ ਸਹੀ ਜਵਾਬ ਦਿੱਤਾ ਸੀ ਤੇ 2 ਨੰਬਰ ਮਿਲੇ ਨੇ, ਤੇ ਰਾਊਂਡ 2 ਦੇ ਵਿੱਚ ਵੀ ਉਹਨਾਂ ਦਾ ਜਵਾਬ ਸਹੀ ਸੀ ਤੇ ਉਹਨਾਂ ਦੇ 2 ਰਾਊਂਡ ਦੇ ਵਿੱਚ ਹੁਣ ਤੱਕ ਕੁੱਲ 4 ਨੰਬਰ ਬਣੇ ਨੇ। ਭਾਈ ਦਿਆਲਾ ਜੀ ਨੇ ਰਾਊਂਡ 1 ਦੇ ਵਿੱਚ ਸਹੀ ਜਵਾਬ ਦਿੱਤਾ ਸੀ ਤੇ ਉਹਨਾਂ ਦੇ 2 ਨੰਬਰ ਆਏ ਨੇ, ਤੇ ਰਾਊਂਡ 2 ਦੇ ਵਿੱਚ ਉਹ ਜਵਾਬ ਨਹੀਂ ਦੇ ਸਕੇ ਜਿਸ ਕਰਕੇ ਉਹਨਾਂ ਨੂੰ ਕੋਈ ਨੰਬਰ ਨਹੀਂ ਮਿਲਿਆ, ਤੇ ਉਹਨਾਂ ਦੇ ਹੁਣ ਤੱਕ ਦੇ 2 ਰਾਊਂਡਾਂ ਦੇ ਵਿੱਚ ਕੁੱਲ 2 ਨੰਬਰ ਬਣੇ ਨੇ। ਭਾਈ ਜੈਤਾ ਜੀ ਨੇ ਵੀ ਦੋਵਾਂ ਰਾਊਂਡਾਂ ਦੇ ਵਿੱਚ ਸਹੀ ਜਵਾਬ ਦਿੱਤੇ ਨੇ, ਉਹਨਾਂ ਦੇ ਵੀ 4 ਨੰਬਰ ਬਣੇ ਨੇ। ਸੋ ਭਾਈ ਦਿਆਲਾ ਜੀ ਟੀਮ ਥੋੜ੍ਹਾ ਜਿਹਾ ਪਿੱਛੇ ਚੱਲ ਰਹੀ ਹੈ ਤੇ ਬਾਕੀ ਸਾਰੇ ਨੇ ਜਿਹੜੇ ਹਾਲੇ ਤੱਕ ਸਾਰਿਆਂ ਨੇ ਸਹੀ ਉੱਤਰ ਦਿੱਤੇ ਨੇ। ਜੀ ਤੀਸਰਾ ਰਾਊਂਡ, ਪਹਿਲਾ ਸਵਾਲ ਭਾਈ ਮਤੀਦਾਸ ਜੀ ਟੀਮ। ਭਾਈ ਮਤੀਦਾਸ ਗਰੁੱਪ ਨੂੰ ਸਵਾਲ ਹੈਗਾ। ਜਦੋਂ ਭਾਈ ਮੱਖਣ ਸ਼ਾਹ
ਲਬਾਣਾ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪੁੱਜੇ, ਉਹਨਾਂ ਨੇ ਗੁਰੂ ਦੇ ਬਾਰੇ ਪੁੱਛਿਆ ਤੇ ਉਹਨਾਂ ਨੂੰ ਆਖਿਆ ਗਿਆ ਵੀ ਗੁਰੂ ਤੇ ਬਕਾਲੇ ਦੀ ਧਰਤੀ ਦੇ ਉੱਤੇ ਰਹਿ ਰਹੇ ਨੇ। ਤਾਂ ਭਾਈ ਮੱਖਣ ਸ਼ਾਹ ਲਬਾਣਾ ਜੀ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਣ ਕੇ ਕੀ ਕੀਤਾ, ਸੱਚੇ ਗੁਰੂ ਨੂੰ ਉਹਨਾਂ ਨੇ ਕਿਵੇਂ ਭਾਲਿਆ, ਕਿਵੇਂ ਲੱਭਿਆ? ਹਾਂਜੀ, ਆਪਣਾ ਨਾਮ ਜ਼ਰੂਰ ਦੱਸਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਜੀਤ ਸਿੰਘ ਹੈ। ਜਦੋਂ ਭਾਈ ਮੱਖਣ ਸ਼ਾਹ ਲਬਾਣਾ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚੇ ਤਾਂ ਉਹਨਾਂ ਨੇ ਹਰ ਇੱਕ ਦੇਹਧਾਰੀ ਗੁਰੂ ਦੇ ਅੱਗੇ ਪੰਜ ਪੰਜ ਮੋਹਰਾਂ ਰੱਖੀਆਂ ਅਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ 500 ਮੋਹਰਾਂ ਦੇਣ ਦਾ ਦਾਅਵਾ ਕੀਤਾ ਸੀ। ਅਤੇ ਜਦੋਂ ਉਹਨਾਂ ਨੇ ਭੋਰੇ ਵਿੱਚ ਬਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ 500 ਮੋਹਰਾਂ ਰੱਖੀਆਂ ਤਾਂ ਪੰਜ ਮੋਹਰਾਂ ਰੱਖੀਆਂ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਤੂੰ ਤਾਂ ਮੈਨੂੰ 500 ਮੋਹਰਾਂ ਦੇਣ ਦਾ ਦਾਅਵਾ ਕੀਤਾ ਸੀ। ਤਾਂ ਉਹਨਾਂ ਨੇ ਕੋਠੇ 'ਤੇ ਚੜ੍ਹ ਕੇ ਕਿਹਾ ਸੀ ਗੁਰੂ ਲਾ ਦੋ ਰੇ ਲਾ ਦੋ। ਠੀਕ ਆ, ਪਰ ਇਹਨਾਂ ਨੂੰ ਪੂਰਾ ਨੰਬਰ ਨਹੀਂ ਮਿਲੂਗਾ ਜੀ, ਦਾਅਵਾ ਨਹੀਂ ਹੁੰਦਾ। ਅਸਲ ਦੇ ਵਿੱਚ ਸਿੱਖੀ ਦੇ ਵਿੱਚ ਦਸਵੰਧ ਹੁੰਦਾ, ਮੈਂ ਤੁਹਾਨੂੰ ਇਹ ਸਮਝਾਇਆ। ਜਿਹੜੇ ਭਾਈ ਮੱਖਣ ਸ਼ਾਹ ਲਬਾਣਾ ਜੀ ਆ, ਉਹਨਾਂ ਨੇ ਗੁਰੂ ਘਰ ਦਾ ਦਸਵੰਧ 500 ਮੋਹਰਾਂ ਕੱਢੀਆਂ ਸੀ। ਜਦੋਂ ਉਹਨਾਂ ਦਾ ਬੇੜਾ ਫਸ ਗਿਆ ਸੀ, ਉਹਨਾਂ ਨੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਮੇਰੇ ਬੇੜੇ ਨੂੰ ਪਾਰ ਲਾਉਣ ਵਾਲੇ ਹੋ। ਭਾਈ ਮੱਖਣ ਸ਼ਾਹ ਲਬਾਣੇ ਦਾ ਬੇੜਾ ਸੱਚੇ ਪਾਤਸ਼ਾਹ ਨੇ ਪਾਰ ਲਾਇਆ। ਉਹ ਜੋ ਦਸਵੰਧ ਕੱਢਦਾ ਸੀ, ਉਹ ਆਪਣੀਆਂ 500 ਮੋਹਰਾਂ ਦਾ ਦਸਵੰਧ ਲੈ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਆਇਆ ਸੀ। ਅੱਗੇ ਤੁਸੀਂ ਸਾਰਾ ਠੀਕ ਦਿੱਤਾ, ਪਰ ਗੁਰੂ ਘਰ ਦੇ ਵਿੱਚ ਦਾਅਵਾ ਨਹੀਂ ਹੁੰਦਾ, ਇੱਥੇ ਭੇਟਾਂ ਹੁੰਦੀ ਆ। ਇਸ ਕਰਕੇ ਇਹਨਾਂ ਦਾ ਅੱਧਾ ਨੰਬਰ ਆਪਾਂ ਜ਼ਰੂਰ ਕੱਟਾਂਗੇ ਜੀ, ਕਿਉਂਕਿ ਇਹਨਾਂ ਦੀ ਸ਼ਬਦਾਵਲੀ ਗੁਰਮਤ ਤੋਂ ਕਿਤੇ ਨਾ ਕਿਤੇ ਥਿੜਕ ਗਈ ਜੀ। ਇੱਕ ਨੰਬਰ ਦਿੱਤਾ ਜਾਵੇ ਇਹਨਾਂ ਨੂੰ। ਸੋ ਅੱਗੇ ਤੀਸਰੇ ਰਾਊਂਡ ਦਾ ਪਹਿਲਾ ਸਵਾਲ ਭਾਈ ਸਤੀਦਾਸ ਟੀਮ। ਭਾਈ ਸਤੀਦਾਸ ਦੀ ਟੀਮ ਨੂੰ ਸਵਾਲ ਆ, ਜਿਹੜੇ ਬਾਈ ਗੁਰੂ ਬਣ ਕੇ ਬੈਠੇ ਸੀ ਬਾਹਰ, ਉਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਦਾਅਵੇਦਾਰ ਸੀ ਉਹ ਕੌਣ ਸੀ, ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਿਸ਼ਤੇ ਦੇ ਵਿੱਚ ਕੀ ਲੱਗਦਾ ਹੈ, ਸਭ ਤੋਂ ਵੱਡਾ ਦਾਅਵੇਦਾਰ ਜਿਹੜਾ ਬੈਠਾ ਹੈ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਪ੍ਰਿਥੀ ਚੰਦ ਸੀਗਾ ਜਿਹੜਾ ਉਹਨਾਂ ਦੀ ਅਗਵਾਈ ਕਰਦਾ ਪਿਆ ਸੀਗਾ। ਤੇ ਉਹ ਘਬਰਾਓ ਨਹੀਂ, ਕੋਈ ਗੱਲ ਨਹੀਂ, ਤੁਸੀਂ ਦੁਬਾਰਾ ਸੋਚ ਕੇ ਉੱਤਰ ਦੇ ਸਕਦੇ ਹੋ। ਠੀਕ ਹੈ, ਇਹੀ ਉੱਤਰ ਹੈ ਤੁਹਾਡਾ? ਕੀ ਨਾਮ ਹੈ? ਜ਼ੋਰਾਵਰ ਸਿੰਘ। ਜ਼ੋਰਾਵਰ ਸਿੰਘ ਦਾ ਗਲਤ ਜਵਾਬ ਹੈ ਜੀ। ਅਗਲੀ ਟੀਮ ਨੂੰ ਆਪਾਂ ਫਾਰਵਰਡ ਕਰ ਦਿੰਦੇ ਹਾਂ। ਭਾਈ ਦਿਆਲਾ ਜੀ ਗਰੁੱਪ ਨੂੰ ਇਹ ਸਵਾਲ ਚਲ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਗੇ ਅਗਵਾਈ ਕਰ ਰਿਹਾ ਸੀ ਉਹ ਧੀਰ ਮੱਲ ਸੀਗਾ, ਤੇ ਉਹ ਰਿਸ਼ਤੇ ਵਿੱਚ ਗੁਰੂ ਸਾਹਿਬ ਜੀ ਦਾ ਭਰਾ ਲੱਗਦਾ ਸੀ। ਉਹ ਧੀਰ ਮੱਲ ਸੀ, ਇੱਕ ਨੰਬਰ ਇਹਨਾਂ ਨੂੰ ਦੇ ਦਿਓ। ਪਰ ਜਿਹੜਾ ਧੀਰ ਮੱਲ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਭਰਾ ਨਹੀਂ ਲੱਗਦਾ, ਗੁਰੂ ਤੇਗ ਬਹਾਦਰ ਸਾਹਿਬ ਧੀਰ ਮੱਲ ਦੇ ਦਾਦਾ ਜੀ ਲੱਗਦੇ, ਉਹ ਪੋਤਰਾ ਲੱਗਦਾ। ਪਰ ਫਿਰ ਵੀ ਇਹਨਾਂ ਨੂੰ ਇੱਕ ਨੰਬਰ ਦੇ ਦਿਓ। ਉਹ ਧੀਰ ਮੱਲ ਹੈਗਾ ਵਾ ਗੁਰੂ ਹਰ ਰਾਏ ਸੱਚੇ ਪਾਤਸ਼ਾਹ ਦਾ ਭਰਾ, ਤੇ ਗੁਰੂ ਹਰ ਰਾਏ ਸਾਹਿਬ ਜਿਹੜੇ ਹੈਗੇ ਆ ਉਹ ਪੁੱਤਰ ਹੈਗੇ ਬਾਬਾ ਗੁਰਦਿੱਤਾ ਜੀ ਦੇ, ਤੇ ਬਾਬਾ ਗੁਰਦਿੱਤਾ ਜੀ ਪੁੱਤਰ ਹੈਗੇ ਗੁਰੂ ਹਰਗੋਬਿੰਦ ਸਾਹਿਬ ਦੇ। ਬਾਬਾ ਗੁਰਦਿੱਤਾ ਭਰਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਆ ਉਹ ਰਿਸ਼ਤੇ ਦੇ ਵਿੱਚੋਂ ਉਹਨਾਂ ਦੇ ਕੀ ਲੱਗਦੇ ਆ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਆ ਧੀਰ ਮੱਲ ਦੇ ਉਹ ਚਾਚਾ ਜੀ ਲੱਗਦੇ ਆ, ਕਿਉਂਕਿ ਬਾਬਾ ਗੁਰਦਿੱਤਾ ਦਾ ਹੀ ਪੁੱਤਰ ਆ ਧੀਰ ਮੱਲ, ਗੁਰੂ ਹਰ ਰਾਏ ਸਾਹਿਬ ਦੇ ਭਰਾ ਨੇ, ਤੇ ਰਿਸ਼ਤੇ ਵਜੋਂ ਗੁਰੂ ਸਾਹਿਬ ਉਹਨਾਂ ਦੇ ਚਾਚਾ ਜੀ ਲੱਗਦੇ ਤੇ ਉਹਨਾਂ ਦੇ ਭਤੀਜਾ ਲੱਗਦੇ। ਪਰ ਇਹਨਾਂ ਨੇ ਸਹੀ ਕਿਹਾ ਧੀਰ ਮੱਲ, ਉਹਦਾ ਨਾਮ ਇੱਕ ਨੰਬਰ ਇਹਨਾਂ ਨੂੰ ਆਪਾਂ ਦੇ ਦਾਂਗੇ, ਪ੍ਰਿਥੀ ਚੰਦ ਨਹੀਂ ਹੈਗਾ ਜੀ। ਹੁਣ ਭਾਈ ਦਿਆਲਾ ਜੀ ਟੀਮ ਦਾ ਆਪਣਾ ਸਵਾਲ। ਭਾਈ ਦਿਆਲਾ ਜੀ ਟੀਮ ਦਾ ਆਪਣਾ ਸਵਾਲ ਆ, ਧੀਰ ਮੱਲ ਨੇ ਕਿਹੜੇ ਮਸੰਦ ਦੇ ਰਾਹੀਂ ਗੁਰੂ ਸਾਹਿਬ ਜੀ ਦੇ ਉੱਤੇ ਕਿਸ ਤਰੀਕੇ ਦਾ ਹਮਲਾ ਕੀਤਾ ਸੀ ਬਾਬੇ ਬਕਾਲੇ ਦੀ ਧਰਤੀ ਤੇ? ਹਾਂਜੀ, ਟਾਈਮ ਓਵਰ ਹੋ ਰਿਹਾ। ਉਹ ਮਸੰਦ ਦਾ ਨਾਮ ਤੇ ਹਮਲਾ ਕਿਹੜਾ ਆਇਆ ਸੀ ਮੈਂ ਤੁਹਾਨੂੰ ਦੱਸਿਆ ਹੈ, ਬਾਬੇ ਬਕਾਲੇ ਦੀ ਧਰਤੀ ਤੇ ਹਮਲਾ ਆਇਆ ਗੁਰੂ ਤੇਗ ਬਹਾਦਰ ਸਾਹਿਬ ਤੇ।
ਧੀਰ ਮੱਲ ਨੇ ਕਰਵਾਇਆ, ਕਿਸ ਦੇ ਰਾਹੀਂ ਕਰਵਾਇਆ ਤੇ ਕੀ ਹਮਲਾ ਆ? ਜੀ ਤੁਹਾਡਾ ਨਾਂ ਹੈ ਤਾਂ ਤੁਹਾਡਾ ਸਵਾਲ ਅੱਗੇ ਪਾਸ ਕਰ ਦਿੱਤਾ ਜਾਊਗਾ। ਮੈਂ ਦੱਸਿਆ ਤੁਹਾਨੂੰ ਇਹ ਟਾਈਮ ਕਾਫੀ ਹੋ ਗਿਆ ਹੈਗਾ। ਹਾਂਜੀ ਉਹਨਾਂ ਨੇ ਗੋਲੀ ਚਲਵਾਈ ਸੀਗੀ ਤੇ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜੇ ਗਲਤ ਨੰਬਰ ਗਲਤ ਆਨਸਰ ਦੋਗੇ ਅੱਧਾ ਇਹਨਾਂ ਦਾ ਠੀਕ ਆ ਜੀ, ਅੱਧਾ ਠੀਕ ਆ, ਇੱਕ ਨੰਬਰ ਦੇ ਦਿਓ ਪਰ ਆਪਾਂ ਨੂੰ ਵੀ ਜੀ ਅੱਗੇ ਦੇਣਾ ਪੈਣਾ ਸਵਾਲ। ਨਹੀਂ ਪਰ ਸਵਾਲ ਰਹਿ ਨਹੀਂ ਨਾ ਗਿਆ, ਕੱਲਾ ਨਾਮ ਹੀ ਰਹਿ ਗਿਆ। ਨਾਮ ਹੀ ਤਾਂ ਮੇਨ ਸੀ ਨਾ, ਇਹਨਾਂ ਨੇ ਨਾਮ ਨਹੀਂ ਦੱਸਿਆ। ਚਲੋ ਇਹਨਾਂ ਨੂੰ ਕੋਈ ਨੰਬਰ ਨਹੀਂ ਮਿਲੂਗਾ। ਕੋਈ ਨੰਬਰ ਨਹੀਂ, ਅਗਲੀ ਟੀਮ ਤੱਕ ਅਸੀਂ ਸਵਾਲ ਫਾਰਵਰਡ ਕਰ ਰਹੇ ਹਾਂ। ਉਹ ਭਾਈ ਦਾ ਨਾਮ ਤੁਹਾਨੂੰ ਮੈਂ ਦੱਸਿਆ ਹੈ? ਹਾਂਜੀ ਠੀਕ ਹੈ, ਇਹਨਾਂ ਨੇ ਵੀ ਮਨਾ ਕਰਤਾ। ਚਲੋ ਉਦਾਂ ਇਹ ਬੱਚੇ ਦੱਸ ਦੇਣਗੇ ਜੀ, ਉਹ ਹੱਥ ਖੜੇ ਕਰ ਰਹੇ ਤਾਂ ਆਪਾਂ ਭਾਈ ਮਤੀ ਦਾਸ ਦੀ ਟੀਮ ਤੋਂ ਇਹਦਾ ਨੰਬਰ ਨਹੀਂ ਹੋਊਗਾ ਕੋਈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੀਰਮੱਲ ਨੇ ਸ਼ੀਹਾਂ ਮਸੰਦ ਨਾਲ ਮਿਲ ਕੇ ਗੁਰੂ ਤੇਗ ਬਹਾਦਰ ਜੀ ਉੱਤੇ ਗੋਲੀ ਚਲਵਾਈ ਸੀ। ਸ਼ੀਹਾਂ ਮਸੰਦ ਕੀ ਨਾ ਹੈ ਇਹਦਾ? ਇਹ ਤੁਹਾਨੂੰ ਮੈਂ ਪੜਾਇਆ ਸੀ ਕਿ ਸ਼ੀਹੇ ਮਸੰਦ ਦੇ ਰਾਹੀਂ ਗੋਲੀ ਚਲਾਈ। ਹੁਣ ਤੁਹਾਡਾ ਆਪਣਾ ਸਵਾਲ ਆ ਭਾਈ ਜਾਤਾ ਜੀ ਗਰੁੱਪ ਦਾ। ਜੀ ਭਾਈ ਜਾਤਾ ਜੀ ਗਰੁੱਪ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗਏ ਤਾਂ ਉੱਥੋਂ ਦੇ ਪੁਜਾਰੀਆਂ ਨੇ ਗੁਰੂ ਸਾਹਿਬ ਅੰਦਰ ਨਾ ਆਉਣ ਦਰਬਾਰ ਸਾਹਿਬ ਦੇ ਕੀ ਕੀਤਾ ਤੇ ਉੱਥੋਂ ਦੇ ਮੁੱਖ ਪੁਜਾਰੀ ਦਾ ਕੀ ਨਾਮ ਹੈ? ਬੜਾ ਸੌਖਾ ਸਵਾਲ ਹੈ, ਇਹਦਾ ਉੱਤਰ ਤਾਂ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਹਾਂਜੀ ਕੌਣ ਦੇ ਰਿਹਾ ਉੱਤਰ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸ਼ਹਿਬਾਜ਼ ਸਿੰਘ ਹੈ। ਸ਼ਹਿਰ ਨਾਲ ਉੱਧਰ ਦੇ ਮੁੱਖ ਬੰਦੇ ਦਾ ਨਾਮ ਸੀਗਾ ਧੀਰਮੱਲ ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਇਸ ਲਈ ਨਹੀਂ, ਗੁਰੂ ਤੇਗ ਬਹਾਦਰ ਜੀ ਜਦੋਂ ਆਉਣ ਲੱਗੇ ਸੀ ਉਹਨਾਂ ਨੇ ਦਰਬਾਰ ਸਾਹਿਬ ਦਾ ਬੂਹਾ ਬੰਦ ਕਰ ਦਿੱਤਾ ਸੀ। ਅੱਧਾ ਠੀਕ ਆ ਜੀ, ਦਰਵਾਜ਼ੇ ਬੰਦ ਕਰਤੇ ਸੀ ਪਰ ਜਿਹੜਾ ਮੁੱਖ ਸੀ ਉਹ ਹੈਗਾ ਸੀ ਹਰ ਜੀ। ਕੌਣ ਸੀ? ਹਰਜੀ। ਇੱਕ ਨੰਬਰ ਇਹਨਾਂ ਨੂੰ ਦੇ ਦਿਓ। ਇੱਕ ਨੰਬਰ ਭਾਈ ਜੈਤਾ ਜੀ ਟੀਮ ਦਾ। ਹੁਣ ਆਪਣੇ 4 ਰਾਊਂਡ ਪੂਰੇ ਹੋ ਗਏ ਨੇ ਜੀ, 3 ਚੌਥੇ ਰਾਊਂਡ ਦੀ ਸ਼ੁਰੂਆਤ ਕਰਦੇ ਆ ਭਾਈ ਸਤੀ ਦਾਸ ਜੀ ਟੀਮ ਦਾ ਪਹਿਲਾ ਸਵਾਲ ਚੌਥੇ ਰਾਊਂਡ ਦਾ। ਜਦੋਂ ਦੁਬਾਰਾ ਪੁਜਾਰੀ ਗੁਰੂ ਸਾਹਿਬ ਦੇ ਕੋਲ ਮਾਫੀ ਮੰਗਣ ਆਏ ਵੱਲੇ ਦੀ ਧਰਤੀ ਤੇ ਤਾਂ ਗੁਰੂ ਸਾਹਿਬ ਨੇ ਉਹਨਾਂ ਮਸੰਦਾਂ ਨੂੰ ਕੀ ਆਖਿਆ? ਬਿਲਕੁਲ ਸਾਫ ਸਾਫ ਜਵਾਬ ਦੇਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਮਸੰਦ ਉਦੋਂ ਵਾਪਸ ਵੱਲੇ ਦੀ ਧਰਤੀ ਤੇ ਆਏ ਸੀਗੇ ਤੇ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਕਿਹਾ ਸੀ ਨਹਿ ਮਸੰਦਨ ਹਮ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਅਗਨ ਤੇ ਅੰਤਰ ਸੜੀ। ਬਿਲਕੁਲ ਦਰੁਸਤ ਜਵਾਬ ਆ। ਇਹਦਾ ਮਤਲਬ ਆ ਅੱਜ ਕੱਲ ਇਤਿਹਾਸ ਦੇ ਇਸ ਹਵਾਲੇ ਨੂੰ ਕਈ ਗਲਤ ਵਰਤਦੇ ਆ। ਇਸ ਹਵਾਲੇ ਦਾ ਮਤਲਬ ਮਸੰਦਾਂ ਦੇ ਨਾਲ ਆ। ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਕਿ ਮਸੰਦੋ ਤੁਸੀਂ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਵਾਸੀ ਨਹੀਂ ਹੈਗੇ, ਉੱਥੇ ਪਵਿੱਤਰ ਸਰੋਵਰ ਆ ਤੁਸੀਂ ਉਹਦੇ ਵਾਸੀ ਨਹੀਂ ਹੈਗੇ, ਤੁਸੀਂ ਤਾਂ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜ ਰਹੇ ਹੋ, ਤੁਹਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਮੱਚੀ ਪਈ ਹੈ। ਨਹਿ ਮਸੰਦਨ ਤੁਮ ਅੰਮ੍ਰਿਤਸਰੀਏ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਇਹ ਗੁਰੂ ਸਾਹਿਬ ਨੇ ਮਸੰਦਾਂ ਨੂੰ ਆਖਿਆ ਨਾ ਕਿ ਅੰਮ੍ਰਿਤਸਰੀਆਂ ਨੂੰ ਆਖਿਆ। ਬਿਲਕੁਲ ਇਹ ਬਹੁਤ ਜ਼ਰੂਰੀ ਹੈ ਦੱਸਣਾ ਕਿਉਂਕਿ ਅੱਜ ਕੱਲ ਆਪਾਂ ਜਿਹੜੇ ਅੰਮ੍ਰਿਤਸਰ 'ਚ ਨਹੀਂ ਰਹਿੰਦੇ ਉਹ ਮੌਜ ਨਾਲ ਕਹਿ ਦਿੰਦੇ ਆ ਅੰਮ੍ਰਿਤਸਰੀਆਂ ਨੂੰ ਅੰਦਰ ਸੜੀਏ। ਸੋ ਇਹ ਕੁਲਦੀਪ ਜੀ ਨੇ ਬਹੁਤ ਹੀ ਸਹੀ ਤਰੀਕੇ ਨਾਲ ਕਿਉਂਕਿ ਉਹ ਮਸੰਦ ਕੋਈ ਇਹ ਜ਼ਰੂਰੀ ਨਹੀਂ ਅੰਮ੍ਰਿਤਸਰ ਦੇ ਰਹਿਣ ਵਾਲੇ, ਕਈ ਥਾਵਾਂ ਤੋਂ ਆਣ ਕੇ ਉੱਥੇ ਇਕੱਠੇ ਹੋਏ ਸੀ ਪਰ ਉਹਨਾਂ ਦੀ ਸੋਚ ਮਾੜੀ ਸੀ ਕਿ ਜੇ ਗੁਰੂ ਸਾਹਿਬ ਅੰਦਰ ਆ ਗਏ ਤੇ ਜਿਹੜੇ ਸਾਡੇ ਕੋਲ ਪੈਸਾ ਆਉਂਦਾ ਸਾਡੇ ਕੋਲ ਨਹੀਂ ਆਉਣਾ, ਗੁਰੂ ਘਰ 'ਤੇ ਚੱਲ ਜੂਗਾ, ਤ੍ਰਿਸ਼ਨਾ ਦੇ ਅਧੀਨ ਹੀ। ਇਸ ਕਰਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਨਕਾਰਤਾ ਤੇ ਤ੍ਰਿਸ਼ਨਾ ਦੇ ਵਿੱਚ ਲਿਪਤ ਆਖਿਆ। ਸੋ ਟੀਮ ਨੇ ਬਹੁਤ ਹੀ ਸਹੀ ਦਰੁਸਤ ਜਵਾਬ ਦਿੱਤਾ ਹੈ ਤੇ 2 ਪੁਆਇੰਟ ਇਹਨਾਂ ਨੂੰ ਮਿਲਦੇ ਨੇ। ਅੱਗੇ ਭਾਈ ਸਤੀਦਾਸ ਗਰੁੱਪ ਨੂੰ ਸਵਾਲ ਹੈਗਾ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਮਸੰਦਾਂ ਨੇ ਅੰਦਰ ਨਹੀਂ ਜਾਣ ਦਿੱਤਾ ਗੁਰੂ ਸਾਹਿਬ ਨੂੰ
ਤਾਂ ਗੁਰੂ ਸਾਹਿਬ ਬਾਹਰ ਬਹਿ ਗਏ ਦਰਬਾਰ ਸਾਹਿਬ ਦੇ ਬਾਹਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਉੱਥੇ ਕਿਹੜਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਥੇ ਥੜਾ ਸਾਹਿਬ ਗੁਰਦੁਆਰਾ ਸੁਸ਼ੋਭਿਤ ਹੈ ਨਾਮ ਦੱਸ ਦਿਓ ਆਪਣਾ ਜਸ਼ਨਦੀਪ ਸਿੰਘ ਉੱਥੇ ਗੁਰਦੁਆਰਾ ਵਾ ਥੜਾ ਸਾਹਿਬ ਅੱਗੇ ਸਵਾਲ ਹੈਗਾ ਸਾਹਿਬਜ਼ਾਦਾ ਭਾਈ ਦਿਆਲਾ ਜੀ ਗਰੁੱਪ ਨੂੰ ਇਸ ਟੀਮ ਦਾ ਬਿਲਕੁਲ ਸਹੀ ਆਨਸਰ ਹੈ ਤੇ 2 ਸਕੋਰ ਜਦੋਂ ਵੱਲੇ ਪਿੰਡ ਪਹੁੰਚੇ ਸੱਚੇ ਪਾਤਸ਼ਾਹ ਤੇ ਮਾਈਆਂ ਨੇ ਬੜੀ ਸੇਵਾ ਕੀਤੀ ਸੱਚੇ ਪਾਤਸ਼ਾਹ ਨੇ ਮਾਈਆਂ ਨੂੰ ਕੀ ਖਿਤਾਬ ਦਿੱਤਾ ਬਹੁਤ ਹੀ ਸੌਖਾ ਉੱਤਰ ਇਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਨੇ ਮਾਈਆਂ ਨੂੰ ਖਿਤਾਬ ਦਿੱਤਾ ਮਾਈਆਂ ਰੱਬ ਰਜਾਈਆਂ ਸੱਚੇ ਪਾਤਸ਼ਾਹ ਨੇ ਕਿਹਾ ਮਾਈਆਂ ਰੱਬ ਰਜਾਈਆਂ ਮਤਲਬ ਰਜੀਆਂ ਹੋਈਆਂ ਤ੍ਰਿਪਤ ਹੈ ਮਾਈਆਂ ਇਹਨਾਂ ਦੇ ਵਿੱਚ ਗੁਰੂ ਘਰ ਦੇ ਪ੍ਰਤੀ ਸ਼ਰਧਾ ਬਹੁਤ ਹੈਗੀ ਆ ਗੁਰੂ ਸਾਹਿਬ ਨੇ ਉੱਥੇ ਇਸਤਰੀਆਂ ਨੂੰ ਬੀਬੀਆਂ ਨੂੰ ਬਹੁਤ ਜ਼ਿਆਦਾ ਮਾਣ ਅਤੇ ਸਤਿਕਾਰ ਦਿੱਤਾ ਹੈਗਾ ਜੀ ਤੀਸਰੀ ਟੀਮ ਦਾ ਵੀ ਬਹੁਤ ਸਹੀ ਆਨਸਰ ਹੈ 2 ਸਕੋਰ ਅੱਗੇ ਭਾਈ ਜੈਤਾ ਜੀ ਗਰੁੱਪ ਨੂੰ ਸਵਾਲ ਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਸੀ ਉਦੋਂ ਕਿਹੜਾ ਬਾਦਸ਼ਾਹ ਹਿੰਦੁਸਤਾਨ ਦੇ ਤਖ਼ਤ ਤੇ ਰਾਜ ਕਰ ਰਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸ਼ਹਿਬਾਜ਼ ਸਿੰਘ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਹੈਗੇ ਸੀ ਉਦੋਂ ਹਿੰਦੁਸਤਾਨ ਤੇ ਔਰੰਗਜ਼ੇਬ ਦਾ ਰਾਜ ਸੀ ਮੁਗਲ ਸ਼ਹਿਨਸ਼ਾਹ ਔਰੰਗਜ਼ੇਬ ਉਦੋਂ ਰਾਜ ਕਰ ਰਿਹਾ ਸੀ ਬਿਲਕੁਲ ਇਹਨਾਂ ਦਾ ਦਰੁਸਤ ਜਵਾਬ ਜੀ ਬਿਲਕੁਲ 4 ਰਾਊਂਡ ਨੇ ਜਿਹੜੇ ਉਹ ਪੂਰੇ ਹੋ ਚੁੱਕੇ ਨੇ ਪੁਨੀਤ ਨੂੰ ਮੈਂ ਕਹੂੰਗੀ ਸਕੋਰ ਦੱਸਣ ਟੋਟਲ ਸਕੋਰ ਦੱਸਣ ਡਿਟੇਲ ਦੱਸਣ ਦੀ ਨਹੀਂ ਲੋੜ ਆਪਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਤੀਦਾਸ ਜੀ ਦੇ ਟੋਟਲ ਸਕੋਰ ਨੇ 7 ਭਾਈ ਸਤੀਦਾਸ ਜੀ ਦੇ ਨੇ 6 ਸਕੋਰ ਟੋਟਲ ਭਾਈ ਦਿਆਲਾ ਜੀ ਦੇ 5 ਤੇ ਭਾਈ ਜੇਤਾ ਜੀ ਦੇ 7 ਸਕੋਰ ਨੇ ਜੀ ਸੋ ਭਾਈ ਦਿਆਲਾ ਜੀ ਟੀਮ ਹੈ ਜਿਹੜੀ ਉਹਨਾਂ ਨੂੰ ਹੋਰ ਥੋੜੀ ਮਿਹਨਤ ਕਰਨ ਦੀ ਲੋੜ ਹੈਗੀ ਹੈ ਤੇ 2 ਟੀਮਾਂ ਨੇ ਜਿਹੜੀਆਂ ਭਾਈ ਮਤੀਦਾਸ ਜੀ ਤੇ ਭਾਈ ਜੈਤਾ ਜੀ ਇਹ ਬਿਲਕੁਲ ਇੱਕੋ ਜਿਹੇ ਨੰਬਰਾਂ ਨਾਲ ਚੱਲ ਰਹੀਆਂ ਨੇ ਅੱਗੇ ਭਾਈ ਸਤੀਦਾਸ ਜੀ ਟੀਮ ਦੇ 6 ਨੰਬਰ 5ਵਾਂ ਰਾਊਂਡ ਪਹਿਲਾ ਸਵਾਲ ਭਾਈ ਮਤੀਦਾਸ ਜੀ ਟੀਮ ਭਾਈ ਮਤੀਦਾਸ ਗਰੁੱਪ ਨੂੰ ਸਵਾਲ ਹੈਗਾ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਲੋਕ ਆ ਤਨ ਧਨ ਜੇਹ ਤੋ ਕਹੁ ਦਿਓ ਤਾਂ ਸਿਓ ਨੇ ਨਾ ਕੀਨ ਇਸ ਸਲੋਕ ਨੂੰ ਪੂਰਾ ਕਰੋ ਤਨ ਧਨ ਜੇਹ ਤੋ ਕਹੁ ਦਿਓ ਤਾਂ ਸਿਓ ਨੇਹ ਨਾ ਕੀਨ ਸਲਾਹ ਮੈਂ ਜ਼ਰੂਰ ਦੇਵਾਂਗੀ ਕਿ ਗਲਤ ਉੱਤਰ ਨਾ ਦਿਓ ਨੰਬਰ 1 ਕੱਟਿਆ ਜਾਣਾ ਸੋ ਪੂਰੀ ਤਰ੍ਹਾਂ ਕਨਫਰਮ ਕਰਕੇ ਕਿਉਂਕਿ ਗੁਰਬਾਣੀ ਦੇ ਨਾਲ ਜਿਹੜਾ ਸਵਾਲ ਹੈ ਸਵਾਲ ਅਗਲੀ ਟੀਮ ਨੂੰ ਹਾਂਜੀ ਕੌਣ ਦੋਵੇਂ ਖੜੇ ਰਹੋ ਕੋਈ ਦੋਵੇਂ 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 ਖੜੇ ਜਵਾਬ ਦੇ ਦਿਓ ਜੀ ਸਲੋਕ ਤੇ ਆਪਾਂ ਦੋ ਜਦੋਂ ਭੋਗ ਪਾਉਨੇ ਦੋ ਜਾਣੇ ਬੋਲਦੇ ਖਾਲਸਾ ਵਾਹਿਗੁਰੂ ਕਹੋ ਨਾਨਕ ਨਰ ਬਾਵਰੇ ਆਪ ਕੋ ਦੌਲਤ ਦੀਨ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ ਬਿਲਕੁਲ ਇਹਨਾਂ ਦਾ ਦਰੁਸਤ ਜਵਾਬ ਆ ਇਹਨਾਂ ਨੂੰ 1 ਨੰਬਰ ਦੇ ਦਿੱਤਾ ਜਾਵੇ 1 ਨੰਬਰ ਦੇ ਦਿੱਤਾ ਜਾਵੇ ਹੁਣ ਇਹਨਾਂ ਦਾ ਆਪਣੇ ਹਿੱਸੇ ਦਾ ਸਵਾਲ ਆਪਣੇ ਹਿੱਸੇ ਦਾ ਸਵਾਲ ਹੈਗਾ ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋਹੋ ਸਮਾਨ ਇਸ ਸਲੋਕ ਨੂੰ ਪੂਰਾ ਕਰੋ ਹਾਂਜੀ ਹਾਂਜੀ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਹਿ ਤੇ ਜਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੀ ਤੈ ਜਾਨ ਬਿਲਕੁਲ ਇਹਨਾਂ ਨੇ ਸਲੋਕ ਯਾਦ ਕੀਤੇ ਆ ਦਰੁਸਤ ਜਵਾਬ ਹੈਗਾ ਇਹਨਾਂ ਦਾ 2 ਨੰਬਰ ਜੀ ਭਾਈ ਦਿਆਲਾ ਜੀ ਟੀਮ ਦਾ ਸਵਾਲ ਭਾਈ ਦਿਆਲਾ ਜੀ ਟੀਮ ਨੂੰ ਬੜਾ ਹੀ ਸੌਖਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਲੋਕ ਜਗਤ ਪ੍ਰਸਿੱਧ ਆ ਹਮੇਸ਼ਾ ਸਾਨੂੰ ਸੇਧ ਦਿੰਦਾ ਜਿਹੜਾ ਸਲੋਕ ਆਖਦਾ ਨਾ ਸਾਨੂੰ ਡਰਨਾ ਚਾਹੀਦਾ ਨਾ ਡਰਾਉਣਾ ਚਾਹੀਦਾ ਉਹ ਸਲੋਕ ਭੈ ਕਾਹੂ ਕੋ ਦੇਤਨੈ ਨਹਿ ਭੈ ਮਾਨਤ ਆਨ ਇਸ ਸਲੋਕ ਨੂੰ ਪੂਰਾ ਕਰੋ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਬਿਲਕੁਲ ਦਰੁਸਤ ਜਵਾਬ ਆ ਭੈ ਕਾਹੂ ਕੋ ਦੇਤਨੈ
ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਵਖਾਨ। ਮੌਜੂਦਾ ਸਮੇਂ ਦੇ ਵਿੱਚ ਵੀ ਹਕੂਮਤਾਂ ਮਜ਼ਲੂਮਾਂ ਨੂੰ ਦਬਾਉਣਾ ਚਾਹੁੰਦੀਆਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸਾਨੂੰ ਅਗਵਾਈ ਦਿੰਦੀ ਜੇ ਅਸੀਂ ਗਿਆਨਵਾਨ ਆ ਨਾ ਅਸੀਂ ਡਰਨਾ ਵਾ ਤੇ ਨਾ ਕਿਸੇ ਨੂੰ ਡਰਾਉਣਾ। ਡਰਨਾ ਵੀ ਪਾਪ ਆ ਤੇ ਡਰਾਉਣਾ ਵੀ। ਇਸ ਕਰਕੇ ਅਕਾਲ ਪੁਰਖ ਦੇ ਨਾਲ ਜੁੜ ਕੇ ਨਿਰਭੈ ਹੀ ਰਹਿਣਾ ਚਾਹੀਦਾ। ਅੱਗੇ ਭਾਈ ਜੈਤਾ ਜੀ ਗਰੁੱਪ ਨੂੰ ਸਵਾਲ ਹੈਗਾ। ਜੋ ਸੁਖ ਕਉ ਚਾਹੈ ਸਦਾ ਸ਼ਰਨ ਰਾਮ ਕੀ ਲੇ, ਇਸ ਸਲੋਕ ਨੂੰ ਪੂਰਾ ਕਰੋ। ਹਾਂਜੀ, ਬੜਾ ਸੌਖਾ ਸਲੋਕ ਹੈ। ਜੋ ਸੁਖ ਕਉ ਚਾਹੈ ਸਦਾ ਸ਼ਰਨ ਰਾਮ ਕੀ ਲੇ। ਹਾਂਜੀ, ਤੁਹਾਨੂੰ ਪਤਾ ਤੁਸੀਂ ਸੁਣਾ ਕਿਉਂ ਨਹੀਂ ਰਹੇ। ਹਾਂਜੀ, ਇਹੀ ਅੱਗੇ ਫਾਰਵਰਡ ਕੀਤਾ ਜਾਂਦਾ ਭਾਈ ਮਤੀ ਦਾਸ ਗਰੁੱਪ ਨੂੰ। ਇੱਕ ਵਾਰੀ ਰਿਪੀਟ ਕਰ ਦੇਣਗੇ ਵੀਰ ਜੀ। ਜੋ ਸੁਖ ਕਉ ਚਾਹੈ ਸਦਾ ਸ਼ਰਨ ਰਾਮ ਕੀ ਲੇ। ਬੜਾ ਸੌਖਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੋ ਨਾਨਕ ਸੁਣ ਰੇ ਮਨਾ ਦੁਰਲਭ ਦੇਖੀ ਦੇ, ਦੁਰਲਭ ਮਾਨੁਖ ਦੇ। ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ। ਅੱਧਾ ਨੰਬਰ ਦੇ ਸਕਦੇ ਹਾਂ ਆਪਾਂ, ਪਰ ਗੁਰਬਾਣੀ ਹੈ ਕਿ ਪੂਰੀ ਆਉਂਦੀ ਹੋਵੇ ਫੇਰ ਹੀ ਨੰਬਰ ਮਿਲਦਾ। ਹੁਣ ਛੇਵਾਂ ਰਾਊਂਡ ਸ਼ੁਰੂ ਹੁੰਦਾ ਤੇ ਪਹਿਲਾ ਸਵਾਲ ਪਹਿਲੀ ਟੀਮ ਦਾ। ਭਾਈ ਮਤੀ ਦਾਸ ਗਰੁੱਪ ਦਾ ਸਵਾਲ ਹੈਗਾ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਮਾਲਵੇ ਦੇ ਵਿੱਚ ਗਏ, ਜਦੋਂ ਧਮਧਾਨ ਸਾਹਿਬ ਜਾਂਦੇ ਆ, ਉੱਥੇ ਪਾਣੀ ਦੀ ਬੜੀ ਕਿੱਲਤ ਸੀ। ਇੱਕ ਸਿੱਖ ਨੇ ਬੜਾ ਪਾਣੀ ਢੋਇਆ, ਬੜੀ ਸੇਵਾ ਕੀਤੀ। ਉਸ ਸਿੱਖ ਦਾ ਪਹਿਲਾ ਨਾਮ ਕੀ ਸੀ ਤੇ ਸੇਵਾ ਤੋਂ ਬਾਅਦ ਉਹਦਾ ਨਾਮ ਕੀ ਪੈ ਗਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦਾ ਸੇਵਾ ਤੋਂ ਬਾਅਦ ਮੀਆਂ ਸਿੰਘ ਨਾਮ ਪਿਆਏਗਾ, ਕਿਉਂਕਿ ਉਹਨਾਂ ਸਾਰੇ ਨਗਰ ਚ ਪਾਣੀ ਦੀ ਕਮੀ, ਉਹਨਾਂ ਸਾਰੇ ਪਾਸੇ ਮੀਂਹ ਵਰਾਇਆ ਹੈ। ਅੱਧਾ ਠੀਕ ਆ, ਮੀਆਂ ਸਿੰਘ ਨਹੀਂ, ਇੱਕ ਤੇ ਭਾਈ ਮੀਆਂ ਜੀ ਪੈ ਗਿਆ ਜੀ। ਦੂਜਾ ਉਹਨਾਂ ਦਾ ਪਹਿਲਾ ਨਾਮ ਸੀ ਰਾਮਦੇਵ ਜੀ, ਤੇ ਜਦੋਂ ਉਹਨਾਂ ਨੇ ਇੰਨਾ ਜ਼ਿਆਦਾ ਪਾਣੀ ਢੋਇਆ, ਗੁਰੂ ਸਾਹਿਬ ਨੇ ਆਖਿਆ ਭਾਈ ਤੂੰ ਤੇ ਮੀਂਹ ਵਰਾ ਤਾ, ਇਸ ਕਰਕੇ ਕੀ ਖਿਤਾਬ ਮਿਲਿਆ ਭਾਈ ਮੀਹਾਂ ਜੀ। ਇੱਕ ਨੰਬਰ ਇਹਨਾਂ ਨੂੰ ਮਿਲੇਗਾ, ਨੰਬਰ ਇਹਨਾਂ ਨੂੰ ਦੇ ਦਿੱਤਾ ਜਾਵੇ। ਦੂਸਰੀ ਟੀਮ ਦਾ ਸਵਾਲ ਭਾਈ ਸਤੀਦਾਸ ਗਰੁੱਪ ਦਾ ਸਵਾਲ ਹੈਗਾ। ਜਦੋਂ ਗੁਰੂ ਸਾਹਿਬ ਨੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਜਿਹੜਾ ਉੱਥੇ ਦਸਵੰਧ ਇਕੱਠਾ ਹੋ ਗਿਆ ਮਾਲਵੇ ਦੀ ਧਰਤੀ ਤੇ, ਤਾਂ ਉਹਨਾਂ ਨੇ ਆਖਿਆ ਵੀ ਇਹਦੇ ਨਾਲ ਭਾਈ ਇੱਕ ਖੂਹ ਲਾ ਦਿਓ। ਉਹ ਕਿਹੜਾ ਮਸੰਦ ਸੀ ਜਿਹਦੇ ਮਨ ਵਿੱਚ ਲਾਲਚ ਆ ਗਿਆ? ਇੱਕ ਤੇ ਉਹਦਾ ਨਾਮ, ਦੂਜਾ ਉਹਦੇ ਲਾਲਚ ਦਾ ਭਾਂਡਾ ਕਿਵੇਂ ਭੱਜਾ? ਪੂਰੀ ਤਰ੍ਹਾਂ ਸਲਾਹ ਕਰਕੇ ਤੁਸੀਂ ਉੱਤਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਮਸੰਦਰ ਨਾਮ ਸੀ ਭਾਈ ਦੱਗੋ ਜੀ, ਤੇ ਉਹ ਜਦੋਂ ਖੂਹ ਬਣਾਉਂਦੇ ਆਪਣੀ ਪੈਲੀ 'ਚ, ਤਾਂ ਉਹ ਆਹ ਸੋਚ ਕੇ ਬਣਾਉਂਦੇ ਕਿ ਸਭ ਤੋਂ ਪਹਿਲਾਂ ਜਦੋਂ ਵੀ ਪਾਣੀ ਲੱਗੇ ਤਾਂ ਮੇਰੀ ਪੈਲੀ 'ਚ ਲੱਗੇ, ਤੇ ਉਹ ਜੋ ਖੂਹ ਬਣਾਉਂਦੇ ਕਿ ਮਿੱਟੀ ਬਾਰ ਬਾਰ ਫਿਰ ਤੋਂ ਡਿੱਗੀ ਜਾਂਦੀ ਖੂਹ 'ਚ। ਉਹ ਕਹਿੰਦੇ ਗੁਰੂ ਸਾਹਿਬ ਜੀ ਉਹਨਾਂ ਦੌਰਾ ਕਰਕੇ ਫਿਰ ਤੋਂ ਪੈਂਦੇ ਵਾਪਸ ਆਏ, ਤੇ ਉਹ ਕਹਿੰਦੇ ਕਿ ਖੂਹ ਨਹੀਂ ਬਣਦਾ ਪਿਆ। ਗੁਰੂ ਸਾਹਿਬ ਜੀ ਕਿਹਾ ਕਿ ਸਾਂਝੀ ਥਾਂ 'ਤੇ ਖੂਹ ਬਣਾਓ ਜਿੱਥੇ ਸਾਂਝੀ ਥਾਂ ਹੋਏ, ਸਭ ਨੂੰ ਪਾਣੀ ਮਿਲੇ ਬਰਾਬਰ। ਠੀਕ ਹੈ, ਇਹਨਾਂ ਦਾ ਉਹਦਾ ਨਾਮ ਹੀ ਭਾਈ ਦੱਗੋ ਜੀ। ਜਦੋਂ ਗੁਰੂ ਸਾਹਿਬ ਨੇ ਆਖਿਆ ਵੀ ਖੂਹ ਬਣਾਓ, ਉਹਨੇ ਕੀ ਆਖਿਆ ਵੀ ਖੂਹ ਚਲੋ ਮੇਰੀ ਪੈਲੀ 'ਚ ਬਣਦੇ ਪੈਸਾ ਸੰਗਤ ਦਾ, ਤਾਂ ਉਹ ਖੂਹ ਪੁੱਟਦੇ ਸੀ ਰਾਤ ਨੂੰ ਵਿੱਚ ਮਿੱਟੀ ਪੈ ਜਾਂਦੀ। ਕਈ ਦਿਨ ਇੱਦਾਂ ਹੀ ਚੱਲਿਆ। ਜਦੋਂ ਗੁਰੂ ਸਾਹਿਬ ਵਾਪਸ ਆਏ ਤਾਂ ਉਹਨਾਂ ਨੇ ਆਖਿਆ ਮਹਾਰਾਜ ਖੂਹ ਨਹੀਂ ਬਣਦਾ। ਗੁਰੂ ਸਾਹਿਬ ਨੇ ਆਖਿਆ ਵੀ ਜੇ ਤੁਹਾਡੇ ਮਨ 'ਚ ਲੋਭ ਆ ਇਹ ਖੂਹ ਨਹੀਂ ਬਣਨਾ, ਉੱਥੇ ਖੂਹ ਬਣਾਓ ਜਿਹੜਾ ਸਾਂਝੀ ਥਾਂ ਆਵੇ, ਖੂਹ ਸਾਂਝਾ ਆਵੇ। ਇਹ ਤੋਂ ਸਾਨੂੰ ਇੱਕ ਸਿੱਖਿਆ ਵੀ ਮਿਲਦੀ ਆ
कि लोभ दे उत्ते धर्म दी उसारी नहीं हो सकती। जे लोभ रखांगे तो धर्म ही नहीं हो सकते। जेडे अजकल भी कुछ लोग गुरु की गोलक की दुरवरतों करते आ, ये उपदेश उन्होंने वास्ते भी आ कि लोभ रख के सेवा नहीं हो सकती। जे सेवा करनी है तो लोभ का सानू त्याग ही करना पवेगा। तो इस टीम नू दो नंबर वीर जी दे दिते जाए। हाँ जी, दो स्कोर। तीसरी टीम भाई दयाला जी टीम का सवाल। भाई दयाला जी टीम का सवाल आ, सचे पातशाह गुरु तेग बहादुर साहब जी ने केड़ा नगर किस दे नाम दे उते वसाया? वाहिगुरु जी का खालसा वाहिगुरु जी की फतेह। उन्होंने चक नानकी अपने माता जी दे नाम तो वसाया जी, जिसका नाम वाचे आनंदपुर साहब। ठीक जवाब इन्हों का, चक नानकी माता जी दे नाम ते, जिसका नाम बाद विच जदों आनंद साहब का पाठ होया आनंद हो गया चारे पासे, तो उसका नाम श्री आनंदपुर साहिब है गया। अगला सवाल है भाई जैता जी टीम। भाई जैता जी का गुरु गोबिंद सिंह जी का प्रकाश जो कि गुरु तेग बहादुर साहब जी के पुत्र आ, किथे ते कदों होया? सन ते थां। हाँ जी, बड़ा सौखा है। खड़े हो गए। पटना साहब 1646 ईस्वी। पटना साहब की धरती से 1646 उस वेले गुरु तेग बहादुर साहब कोल नहीं है, उन्होंने प्रकाश तो कुछ महीने पहला, दो चार महीने पहला वो बंगाल आले पासे दौरा करन गया ही लोगों नू सच का उपदेश देने वास्ते। इथे अपना ये जिहड़ा राउंड आ खत्म होंदा। बिल्कुल, 6 राउंड पूरे हो चुके ने। पुनीत कौर आपां नू स्कोर दसणगे टोटल। वाहिगुरु जी का खालसा वाहिगुरु जी की फतेह। भाई मतीदास जी टीम जी दे 11 स्कोर ने, भाई दयाला जी टीम दे 9 स्कोर ने, ते भाई जैता जी टीम दे भी 9 स्कोर ने, ते भाई मतीदास जी टीम, भाई दयाला जी टीम ते भाई जैता जी टीम बराबर चल रही ने। ते भाई सतीदास जी टीम दे सवाल किन्ने स्कोर ने? भाई सतीदास टीम दे 11 स्कोर ने, जो सब तो अगे चल रही है। जी बिल्कुल, भाई सतीदास जी टीम सब तो अगे चल रही है, बाकी सारियां तीनों टीमां ने जिहड़ियां ओह बराबर चल रही ने 9-9 अंकां दे नाल। आखिरी दो राउंड अपने रह गए आ जी, इहदे विच आपां वधिया तों वधिया होर करिए। जी बिल्कुल, आपां चाहुंदे आ कि सारियां टीमां ने जिहड़ियां ओह जेतू होण, सारयां दे इक्को जिहे सवाल होण, इक्को जिहे स्कोर होण। भाई मतीदास ग्रुप नूं सवाल हैगा, जदों औरंगजेब ने लोकां दे उत्ते जुल्म दी नीति लागू कीती ਤਾਂ ਸਭ ਤੋਂ ਪਹਿਲਾਂ ਉਹਨੇ ਸ਼ੁਰੂਆਤ ਕਿਸ ਧਰਤੀ ਤੋਂ ਕੀ ਸੋਚ ਕੇ ਕੀਤੀ ਵੀ ਲੋਕਾਂ ਨੂੰ ਕਨਵਰਟ ਕਰਨਾ ਇਸਲਾਮ 'ਚ? ਇਹਦੀ ਸ਼ੁਰੂਆਤ ਉਹ ਕਿਸ ਧਰਤੀ ਤੋਂ ਕਰਦਾ ਔਰੰਗਜ਼ੇਬ ਅਤੇ ਕੀ ਸੋਚ ਕੇ ਕਰਦਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿੰਦੇ, ਔਰੰਗਜ਼ੇਬ ਨੇ ਸਭ ਤੋਂ ਪਹਿਲਾਂ ਕਸ਼ਮੀਰ ਤੋਂ ਸ਼ੁਰੂਆਤ ਕੀਤੀ ਸੀ, ਅਤੇ ਔਰੰਗਜ਼ੇਬ ਨੇ ਆਹ ਸੋਚ ਕੇ ਸ਼ੁਰੂਆਤ ਕੀਤੀ ਸੀ ਕਿ ਜਿਹੜੇ ਕਸ਼ਮੀਰ ਦੇ ਹਿੰਦੂ ਪੰਡਿਤ ਸੀਗੇ ਉਹ ਸਭ ਕੀ ਉਹਨਾਂ ਨੂੰ ਉਹਨਾਂ ਦਾ ਲੀਡਰ ਮੰਨਿਆ ਜਾਂਦੇ ਸੀ, ਇਸ ਕਰਕੇ ਜੇਕਰ ਉਹ ਧਰਮ ਤਬਦੀਲੀ ਕਰ ਲੈਣਗੇ ਤੇ ਬਾਕੀ ਵੀ ਕਰ ਲੈਣਗੇ, ਇਸ ਆਹ ਸੋਚ ਕੇ ਉਹਨਾਂ ਨੇ। ਬਿਲਕੁਲ ਦਰੁਸਤ ਜਵਾਬ ਇਹਨਾਂ ਦਾ, ਕਸ਼ਮੀਰੀ ਪੰਡਿਤਾਂ ਤੋਂ ਸ਼ੁਰੂਆਤ ਕੀਤੀ ਗਈ ਕਿਉਂਕਿ ਪੰਡਿਤ ਲੀਡਰ ਹੁੰਦੇ ਹਿੰਦੂ ਧਰਮ ਦੇ, ਤੇ ਜੇ ਇਹ ਵਿੱਚ ਆ ਜਾਣਗੇ ਤੇ ਬਾਕੀਆਂ ਨੇ ਆਪਣੇ ਆਪ ਹੀ ਆ ਜਾਣਾ। ਕਸ਼ਮੀਰ ਦੇ ਗਵਰਨਰ ਦਾ ਕੀ ਨਾਮ ਸੀ ਜਿਹਨੇ ਮੁਸਲਿਮ ਹਿੰਦੂਆਂ ਦੇ ਉੱਤੇ ਸਖਤੀ ਸ਼ੁਰੂ ਕੀਤੀ ਤੇ ਉਹਨਾਂ ਹਿੰਦੂਆਂ ਨੂੰ ਕਿਸ ਬੰਦੇ ਨੇ ਧਰਵਾਸ ਦਿੱਤੀ ਕਿ ਸਾਨੂੰ ਹੁਣ ਕਿੱਥੋਂ ਸਹਾਰਾ ਮਿਲ ਸਕਦਾ ਜਦੋਂ ਗਵਰਨਰ ਜ਼ੁਲਮ ਕਰ ਰਿਹਾ ਸੀ? ਗਵਰਨਰ ਦਾ ਨਾਮ ਤੇ ਕਸ਼ਮੀਰੀ ਪੰਡਤਾਂ ਨੂੰ ਸੱਚ ਵਾਲੇ ਪਾਸੇ ਖੜਨ ਵਾਲੇ ਦਾ ਨਾਮ ਕੀ ਹੈਗਾ? ਜੀ ਭਾਈ ਸਤੀਦਾਸ ਜੀ ਟੀਮ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਟਾਈਮ ਦੇ ਕਸ਼ਮੀਰ ਦੇ ਉਹਦਾ ਸੂਬੇ ਦਾ ਗਵਰਨਰ ਦਾ ਨਾਮ ਸੀਗਾ ਸ਼ੇਖ ਅਫਗਾਨ ਖਾਂ, ਅਤੇ ਜਿਹਨੇ ਕਸ਼ਮੀਰੀ ਪੰਡਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਕੋਲ ਭੇਜਿਆ ਸੀਗਾ, ਉਹਦਾ ਨਾਮ ਸੀ ਪੰਡਿਤ ਕਿਰਪਾ ਰਾਮ। ਦਰੁਸਤ ਜਵਾਬ ਇਹਨਾਂ ਦਾ। ਤੁਹਾਨੂੰ ਪਤਾ ਹੋਊਗਾ ਪੰਡਿਤ ਕਿਰਪਾ ਰਾਮ ਜਿਹੜੇ ਆ ਉਹ ਬਾਅਦ ਸਿੱਖ ਵੀ ਸੱਜਦੇ ਆ ਅਤੇ ਸ਼ਹਾਦਤ ਦੇ ਮੁਕਾਮ 'ਤੇ ਪਹੁੰਚਦੇ ਭਾਈ ਕਿਰਪਾ ਸਿੰਘ ਬਣ ਗਏ ਬਾਅਦ 'ਚ। ਇਹ ਜਦੋਂ ਗੁਰੂ ਨਾਨਕ ਪਾਤਸ਼ਾਹ ਗਿਆ ਸੀ ਕਸ਼ਮੀਰ ਮਟਨ ਦੀ ਧਰਤੀ 'ਤੇ, ਪੰਡਿਤ ਬ੍ਰਹਮਦਾਸ ਦੇ ਨਾਲ ਚਰਚਾ ਸੀ ਅਤੇ ਪੰਡਿਤ ਬ੍ਰਹਮਦਾਸ ਹੋਣਾ ਦੇ ਪਰਿਵਾਰ ਦੇ ਵਿੱਚੋਂ ਹੀ ਪੰਡਿਤ ਕਿਰਪਾ ਰਾਮ ਹੀ, ਮਤਲਬ ਇਹ ਸਿੱਖ ਸੀ, ਇਹਨੂੰ ਪਤਾ ਸੀ ਕਿ ਹੁਣ ਸਾਡੀ ਬਾਂਹ ਜਿਹੜੀ ਆ ਗੁਰੂ ਨਾਨਕ ਦੇ ਘਰ ਨੇ ਹੀ ਫੜਨੀ ਹੈਗੀ। ਕਸ਼ਮੀਰੀ ਪੰਡਿਤਾਂ ਦਾ ਵਫ਼ਦ
आनंदपुर साहब की धरती दे उत्ते आया। एक ते उन्हां ने आण के गुरु साहब नूं केड़ी फरियाद कीती ते दूजा उत्ते वो केड़ा स्थान आनंदपुर साहब की धरती ते जिथे उन्हां ने फरियाद कीती। भाई दयाला जी टीम दा सवाल, आपां इहदे दर्शन भी कीते थां दे। कश्मीरी पंडतां ने गुरु तेग बहादुर साहब नूं आण के की फरियाद कीती ते आनंदपुर साहब की धरती ते ओह किहड़ा गुरद्वारा जिथे आण के फरियाद कीती उन्होंने, आपां गए हां उत्थे। बहुत सौखा सवाल है, मैनूं आस है जरूर उत्तर मिलेगा। एक सारियां टीमां वधिया ने उत्थे। वाहिगुरु जी का खालसा। उच्ची बोलो। उन्हां ने हिंदू धर्म नूं बचाउण दी फरियाद कीती सी ते भोरा साहब विखे गुरद्वारा भोरा साहब, ये गुरु साहब दा घर ही उत्थे काफ़ी गुरद्वारा साहब आ, दमदमा साहब भी आ, साहबजादियां दे प्रकाश स्थान भी आ, सीसगंज के सामने बिल्कुल ठीक आ। इन्हां दा जवाब उन्होंने आख्या कि बाँ असाडी पकड़िए गुरु हरगोबिंद दे चंद, हाँ आए दुखिए बिपर चल के आए पूरी आनंद, बाँ असाडी पकड़िए गुरु हरगोबिंद दे चंद, साड़ी बाँ फड़ो साडा धर्म खतरे जा साडे धर्म नूं बचाओ। ये उन्होंने फरियाद की भोरा साहब के लागे ही स्थान है। सो सातवें राउंड का आखिरी सवाल भाई जैता जी टीम। गुरु तेग बहादुर साहब ने कश्मीरी पंडतों नूं की तरवास दिता जदों उन्होंने बेनती की, तो गुरु साहब ने उन्होंने की तरवास दिता, की उन्होंने आख्या भी अहीं तुहाडे लई की करांगे। बहुत ही सौखा सवाल है। वाहिगुरु जी का खालसा वाहिगुरू जी की फतेह। श्री गुरु तेग बहादुर जी ने कश्मीरी पंडितों नूं कहा सीगा, जे तुहाडे गुरु भी अपना धर्म छड्ड देणगे ते तुसीं भी प्यार नाल अपना धर्म छड्ड देणा। वाहिगुरू जी खालसा वाहिगुरू जी। थोड़े शब्द बदलो अपने ना, ऐ नहीं आख्या, कहना सही चाहुंदे हो बट कह नहीं पा रहे। उन्होंने कहा कि जाके उन्होंने कह दो भी जे उन्होंने गुरु जे धर्म छड्ड देता है तो वह भी खुशी खुशी धर्म छड्ड देंगे अपना। जे तुहाडा गुरु है जिहड़ा वह धर्म छड्ड देगा। उन्होंने आख्या ही जे गुरु तेग बहादुर साहब ने आख्या भी कश्मीरी गवर्नर नूं कहो औरंगजेब नूं सुनेहा लावे कि जे वह साडे गुरु गुरु तेग बहादुर साहब नूं अपने धर्म के लै आउण ते हिंदुस्तान के तमाम हिंदू धर्म छड्ड देणगे। मतलब गुरु साहब ने कर लिया ही भी हुण शहादत आपां देनी हैगी। सो इन्हां नूं किन्ने नंबर देने बच्चियां दे? दो नंबर दे। मनशा तां सही सी बट कह नहीं पाए, सो दो नंबर दिते जांदे ने। हुण अपना आखरी राउंड है, अठवां राउंड शुरू होण लग्गा, सो सारे जणे अपना एकाग्र हो के सवाल सुनन। पहली टीम दा पहला सवाल भाई मती दास जी। गुरु साहब आप चल के गए शहादत देण, एक हिंदू विद्वान आर्या दौलत राय उन्हें किताब लिखी सवानी उमरी गुरु गोबिंद सिंह साहिब कमाल गुरु गोबिंद सिंह, उहदे विच उन्हें गुरु साहब दे आप जाण नूं किन्ना शब्दां च बयान किया, क्योंकि जिन्हें कतल होना हुंदा वह तो आप नहीं कदी जांदा, उन्हें बड़े भावपूर्त शब्द आखे। हाँ जी भैन जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਕਹੇਗਾ ਵੀ ਜਿੰਨਾ ਸ਼ਹੀਦੀ ਪਾਉਣੀ ਹੁੰਦੀ ਜਿਨ੍ਹਾਂ ਨੇ ਕਤਲ ਕਰਨਾ ਹੁੰਦਾ ਆਪ ਜਾਂਦੇ ਆ, ਅਤੇ ਇੱਥੇ ਤਾਂ ਗੁਰੂ ਨੇ ਅਲੱਗ ਹੀ ਕਰਤਾ ਵਾ, ਉਹ ਆਪ ਆਉਣ ਡੇ ਸ਼ਹੀਦੀ ਪਾਉਣ ਲਈ। ਐਸਾ ਕਰਕੇ ਉਹਨਾਂ ਨੇ ਕੀ ਕੀਤਾ? ਐਸਾ ਕਰਕੇ ਚਲੋ ਇੱਕ ਨੰਬਰ ਇਹਨਾਂ ਨੂੰ ਦੇ ਦਿਓ। ਉਹਨੇ ਆਖਿਆ ਸੀ ਆਜ ਤੱਕ ਜੈ ਤੋਂ ਹੋਤਾ ਆਇਆ ਥਾ के कातल मकतूल के पास जाए, पर ऐसा नहीं हुआ था कि मकतूल कातल के पास जाए, ऐसा करके गुरु तेग बहादुर ने उल्टी गंगा बहा दी। उल्टी गंगा मतलब जिधर नू जांदी है दूजे पासे नू। आप गुरु तेग बहादुर साहब गए अपनी शहादत देने दे वास्ते। शब्दों का हेरफेर ही थोड़ा जहा कहना ठीक चाहते पर एक नंबर इन्हों का बनता शब्द वो नहीं दस सके। एक स्कोर भाई सतीदास जी टीम दा सवाल। भाई सतीदास ग्रुप दा सवाल हैगा
सच्चे पातशाह गुरु तेग बहादुर साहब शहीदी देन गए दिल्ली की धरती से। एक तो उन्होंने नाल केड़े केड़े सिख ही किन्ना सिखा ने गिरफ्तारी दिती ते किन्ना ने एक व्यौंत के तहत गिरफ्तारी नहीं दिती। आराम नाल सोच के क्योंकि लास्ट सवाल है ये सारिया टीमों का। वाहिगुरु जी का खालसा वाहिगुरु जी की फतेह। जो गुरु तेग बहादुर साहब जी गए है उस गए भाई सतीदास जी, भाई मतीदास जी, भाई दयाला जी, भाई जेता जी, भाई उदय सिंह जी, भाई उदय जी। तो इन्हों चो भाई सतीदास जी, भाई दयाला, भाई सतीदास जी, भाई मतीदास जी, भाई दयाला जी गिरफ्तारी दिती। तो बाकी जो दो सिख सके वह भाई लालो जी के घर ठहरे। ठीक है, इन्हों काफी हद तक सही सवाल है, बाकी वीर जी एक्सप्लेन करनगे। भाई मतीदास जी, भाई सतीदास जी, भाई दयाला जी, भाई जैता जी, भाई उदय जी, इतिहादक जिहड़े सिख आ गुरु साहब दे नाल इत्थों गए उत्थे दिल्ली दी धरती ते भाई लखी शाह बनजारा जी ते कुछ होर सिख ही। एक व्यौंत दे तहत गुरु साहब ने अपने नाल तिना सिखां दी गिरफ्तारी दित्ती आ ते जिहड़े बाकी सिख ही उन्हां ने गिरफ्तारी नहीं दित्ती। दो नंबर इन्हां नूं दे दो जी। तीसरी टीम भाई दयाला जी ग्रुप दा सवाल आ। भाई मतीदास नूं, भाई सतीदास नूं ते भाई दयाला जी नूं किवें शहीद कीता गया? एक राउंड आपां नूं बाद करना पऊ जी। ओ आपां दस दिंदे आ कि एक राउंड होर होएगा। ए वीर जी कुलदीप सिंह ने अनाउंस कीता एक राउंड आपां होर करन जा रहे हां। तो ये आखिरी सवाल नहीं हैगा, इस तों बाद एक सवाल होर भी होएगा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ। ਭਾਈ ਸਤੀਦਾਸ ਜੀ ਨੂੰ ਰੂੰ ਦੇ ਵਿੱਚ ਲਪੇਟ ਕੇ ਅੱਗ ਲਾ ਕੇ ਸਾੜ ਕੇ ਸ਼ਹੀਦ ਕੀਤਾ ਗਿਆ ਤੇ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰੁਸਤ ਜਵਾਬ ਆ, ਅੱਗ ਦੇ ਨਾਲ ਭਾਈ ਸਤੀਦਾਸ ਨੂੰ ਰੂੰ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ। ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲ ਦਿੱਤਾ ਗਿਆ ਤੇ ਭਾਈ ਮਤੀਦਾਸ ਨੂੰ ਆਰੇ ਦੇ ਨਾਲ ਦੋ ਫਾੜ ਕਰ ਦਿੱਤਾ ਗਿਆ। ਪਰ ਕੋਈ ਵੀ ਸਿੱਖ ਡਰਿਆ ਨਹੀਂ ਹੈਗਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਵੇਂ ਸ਼ਹੀਦ ਕੀਤਾ ਤੇ ਸ਼ਹੀਦ ਕਰਨ ਵਾਲੇ ਜਲਾਦ ਦਾ ਕੀ ਨਾਮ ਸੀ? ਸ਼ਹੀਦ ਕਰਨ ਵਾਲੇ ਜਲਾਦ ਦਾ ਨਾਮ ਜਲਾਲੂਦੀਨ ਸੀ ਤੇ ਉਹਨਾਂ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਗਿਆ ਸੀ। ਕਿਵੇਂ? ਸਿਰ ਧੜ ਤੋੜ ਕਰਕੇ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ। ਸ਼ਹੀਦ ਕਰਨ ਵਾਲੇ ਜਲਾਦ ਦਾ ਨਾਮ ਜਲਾਦ ਜਲਾਲੂਦੀਨ ਸੀ, ਸਮਾਣੇ ਦਾ ਉਹ ਰਹਿਣ ਵਾਲਾ ਹੈ। ਦੋ ਨੰਬਰ ਇਹਨਾਂ ਨੂੰ ਦੇ ਦਿਓ। ਆਖਰੀ ਰਾਊਂਡ ਆ, ਬਿਲਕੁਲ ਨਵਾਂ ਰਾਊਂਡ ਤੇ ਆਖਰੀ ਰਾਊਂਡ। ਭਾਈ ਮਤੀਦਾਸ ਦੀ ਟੀਮ ਦਾ ਪਹਿਲਾ ਸਵਾਲ। ਭਾਈ ਮਤੀਦਾਸ ਦੀ ਟੀਮ ਨੂੰ ਬੜਾ ਹੀ ਸੌਖਾ ਸਵਾਲ ਆ। ਕਿਹੜੇ ਸਿੱਖ ਨੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕੀਤਾ? ਉੱਥੇ ਕਿਹੜਾ ਗੁਰਦੁਆਰਾ ਸਾਹਿਬ ਆ? ਧੜ ਦਾ ਸੰਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖੀ ਸ਼ਾਹ ਵਣਜਾਰਾ ਨੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਕੀਤਾ ਤੇ ਉੱਥੇ ਰਕਾਬਗੰਜ ਸਾਹਿਬ ਗੁਰਦੁਆਰਾ ਸ਼ੁਰੂ। ਬਿਲਕੁਲ ਦਰੁਸਤ ਜਵਾਬ ਆ। ਭਾਈ ਲੱਖੀ ਸ਼ਾਹ ਵਣਜਾਰਾ ਜੀ, ਜਦੋਂ ਤੁਸੀਂ ਰਕਾਬਗੰਜ ਸਾਹਿਬ ਜਾਓਗੇ ਜਿੱਥੇ ਭਾਰਤ ਦੀ ਪਾਰਲੀਮੈਂਟ ਆ, ਇਹ ਵੀ ਸਾਰੀ ਥਾਂ ਭਾਈ ਲੱਖੀ ਸ਼ਾਹ ਵਣਜਾਰੇ ਦੀ ਹੀ। ਇੱਥੇ ਉਹਦਾ ਬਹੁਤ ਵੱਡਾ ਮਹਿਲ ਹੀ। ਆਪਣੇ ਮਹਿਲ ਦੇ ਵਿੱਚ ਗੁਰੂ ਸਾਹਿਬ ਦਾ ਧੜ ਰੱਖ ਕੇ ਘਰ ਨੂੰ ਅੱਗ ਲਾ ਦਿੱਤੀ ਤੇ ਰੌਲਾ ਪਾਤਾ ਘਰ ਨੂੰ ਅੱਗ ਲੱਗ ਗਈ ਤਾਂ ਕਿ ਕਿਸੇ ਨੂੰ ਸ਼ੱਕ ਨਾ ਆਵੇ। ਘਰ ਨੂੰ ਸਾੜਤਾ ਪਰ ਗੁਰੂ ਦੇ ਧੜ ਦੀ ਬੇਅਦਬੀ ਨਹੀਂ ਹੋਣ ਦਿੱਤੀ, ਕਿਉਂਕਿ ਔਰੰਗਜ਼ੇਬ ਨੇ ਆਖਿਆ ਸੀ ਕਿ ਗੁਰੂ ਸਾਹਿਬ ਨੂੰ ਸ਼ਹੀਦ ਕਰਕੇ ਇਹਨਾਂ ਦੇ ਸਰੀਰ ਦੇ ਚਾਰ ਟੋਟੇ ਕਰਕੇ ਸ਼ਹਿਰ ਦੇ ਚਾਰ ਦਰਵਾਜ਼ਿਆਂ ਤੇ ਟੰਗ ਦਿਓ ਤਾਂ ਕਿ ਪਤਾ ਲੱਗੇ ਜਿਹੜਾ ਹਕੂਮਤ ਦੇ ਖਿਲਾਫ ਸਿਰ ਚੁੱਕਦਾ ਉਹਦਾ ਅਸ਼ਰ ਕੀ ਹੁੰਦਾ। ਅੱਗੇ ਭਾਈ ਸਤੀਦਾਸ ਦੀ ਟੀਮ ਦਾ ਆਖਰੀ ਸਵਾਲ ਆ। ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪ੍ਰਭਾਵਿਤ ਹੋ ਕੇ ਇੱਕ ਪੰਡਿਤ ਮਦਨ ਮੋਹਨ ਮਾਲਵੀਆ ਹਰ ਹਿੰਦੂ ਨੂੰ
की सलाह दिंदा? पहला ने पंडित दा नाम दस दो। मैनू लगता है जवाब देना चाहते ने, सलाह कर लो। तुसी बहुत देते हो ना। पंडित दा नाम भी मैं दस भी चुका, पर वे ने तुहाडी मैमरी उन्हें पंडित दा नाम भी दस्या सी। ते उन्हें की सलाह दित्ती? वाहेगुरु जी का खालसा, वाहेगुरु जी की फतेह। पंडित दा नाम ही मोहन मान लालू जी, मोहन मान मालिया। ते ओना ने हर पंडित नू कहा ही पी जेड़ा मंदिर दे विच सब तो पहला जावे ते तीन वारी कहवे पी धन धन श्री गुरु हर गोबिंद साहिब, धन श्री गुरु तेग बहादुर साहिब जी, धन श्री गुरु तेग बहादुर साहिब जी, तीन वारी जाप करके फिर मंदिर दे अंदर जावे। ठीक है, कोई और एदा बिल्कुल साफ जवाब दवे। एक नंबर ही तुहानू मिलना, तुसीं एक नंबर कटा लिया अपना, पर तुसीं साफ जवाब दे सकते। ਉਹਦਾ ਨਾਮ ਸੀਗਾ ਪੰਡਿਤ ਮੋਲ ਮਾਨ ਮਾਨੀਆ। ਤੇ ਉਹਨਾਂ ਨੇ ਕਿਹਾ ਸੀਗਾ ਕਿ ਘੰਟੀ ਖੜਕਾਉਣ ਤੋਂ ਪਹਿਲਾਂ ਕਿ ਜਾਪ ਕਰਕੇ ਜਾਓ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤੇ ਫਿਰ ਜਾਓ ਅੰਦਰ। ਉਹਦਾ ਨਾਮ ਹੀ ਪੰਡਿਤ ਮਦਨ ਮੋਹਨ ਮਾਲਵੀਆ। ਉਹਨੇ ਆਖਿਆ ਮੈਂ ਹਰ ਇੱਕ ਹਿੰਦੂ ਨੂੰ ਸਲਾਹ ਦਿੰਦਾ, ਇਹ ਰਾਵਲਪਿੰਡੀ ਉਹਨੇ ਆਖਿਆ ਇੱਕ ਕਾਨਫਰੰਸ, ਕਿ ਜਦੋਂ ਤੁਸੀਂ ਮੰਦਰ ਜਾਓ ਤੇ ਮੰਦਰ ਜਾਣ ਤੋਂ ਪਹਿਲਾਂ ਆਖੋ ਧੰਨ ਗੁਰੂ ਤੇਗ ਬਹਾਦਰ। ਤੇ ਉਹਨੂੰ ਪੰਡਿਤਾਂ ਨੇ ਪੁੱਛਿਆ ਵੀ ਉਹ ਕਿਉਂ? ਉਹਨੇ ਆਖਿਆ ਜੇ ਗੁਰੂ ਤੇਗ ਬਹਾਦਰ ਸਾਹਿਬ ਨਾਂ ਦੇ ਤੇ ਸਾਡਾ ਧਰਮ ਨਹੀਂ ਬਚਣਾ, ਜੇ ਧਰਮ ਨਾ ਬਚਦਾ ਤੇ ਟਲ ਕਿੱਥੇ ਖੜਕਾਉਣੇ? ਸਾਡਾ ਧਰਮ ਤੇ ਸਾਡੇ ਮੰਦਰ ਗੁਰੂ ਤੇਗ ਬਹਾਦਰ ਸਾਹਿਬ ਕਰਕੇ ਬਚੇ ਹੋਏ ਹਨ, ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਦੇ ਨਾ ਭੁੱਲੋ। ਸੋ ਇੱਕ ਨੰਬਰ ਇਸ ਟੀਮ ਦਾ। ਅੱਗੇ ਦਿਆਲਾ ਜੀ ਟੀਮ ਦਾ ਆਖਰੀ ਸਵਾਲ। ਭਾਈ ਦਿਆਲਾ ਜੀ ਟੀਮ ਨੂੰ ਬੜਾ ਸੌਖਾ ਸਵਾਲ ਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਕਿਹੜਾ ਸਿੱਖ ਚੁੱਕ ਕੇ ਲਿਆਇਆ ਤੇ ਰਸਤੇ ਦੇ ਕੁਛ ਪੜਾਅ ਦੱਸੋ। ਕੁਛ ਪੜਾਅ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੇ ਸੀਸ ਨੂੰ ਭਾਈ ਜੇਤਾ ਜੀ ਲੈ ਕੇ ਗਏ ਸੀ ਅਤੇ ਉਹਨਾਂ ਨੇ ਨਾਭਾ ਸਾਹਿਬ ਵਿਖੇ ਰਸਤੇ 'ਚ ਪੜਾ ਕੀਤਾ ਸੀਗਾ। ਉਸ ਤੋਂ ਬਾਅਦ ਉਹ ਕੀਰਤਪੁਰ ਸਾਹਿਬ ਗਏ, ਉੱਥੋਂ ਗੁਰੂ ਸਾਹਿਬ ਜੀ ਦਾ ਉੱਥੇ ਜਾ ਕੇ ਉਹ ਮਾਤਾ ਗੁਜਰੀ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਅਤੇ ਉੱਥੇ ਮਾਤਾ ਗੁਜਰੀ ਜੀ ਨੇ ਅਰਦਾਸ ਕੀਤੀ ਕਿ ਤੁਹਾਡੀ ਨਿਭਗੀ ਅਤੇ ਮੇਰੀ ਨਿਭਾਉਣਾ, ਅਤੇ ਉੱਥੋਂ ਪਾਲਕੀ ਦੇ ਵਿੱਚ ਗੁਰੂ ਸਾਹਿਬ ਜੀ ਦਾ ਸੀਸ ਅਨੰਦਪੁਰ ਸਾਹਿਬ ਵਿਖੇ ਖੜਿਆ ਗਿਆ। ਬਹੁਤ ਦਰੁਸਤ ਜਵਾਬ ਇਹਨਾਂ ਦਾ। ਤਰਾਵੜੀ ਵੀ ਇੱਕ ਪੜਾ ਕੀਤਾ, ਇੱਥੇ ਗੁਰੂ ਸਾਹਿਬ ਦਾ ਗੁਰਦੁਆਰਾ ਵਾ, ਗੁਰੂ ਸਾਹਿਬ ਦਾ ਉੱਥੇ ਸਿੱਖ ਰਹਿੰਦਾ ਸੀ। ਇੱਥੇ ਨਾਭਾ ਸਾਹਿਬ ਗੁਰਦੁਆਰਾ ਵਾ ਜੀਰਕਪੁਰ ਦੇ ਲਾਗੇ, ਇੱਥੇ ਵੀ ਪੜਾ ਕੀਤਾ, ਕੁਛ ਹੋਰ ਵੀ ਪੜਾ ਵਾ। ਅਤੇ ਕੀਰਤਪੁਰ ਸਾਹਿਬ ਅੱਗੇ ਮਾਤਾ ਗੁਜਰੀ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਉਡੀਕਦੇ ਸੀ, ਉੱਥੇ ਮਾਤਾ ਗੁਜਰੀ ਜੀ ਨੇ ਅਰਦਾਸ ਕੀਤੀ। ਵੇਖੋ ਜਿੱਦਣ ਗੁਰੂ ਤੇਗ ਬਹਾਦਰ ਸਾਹਿਬ ਗਏ ਸਾਬਤ ਗਏ, ਪਰ ਜਦੋਂ ਵਾਪਸ ਆਏ ਤਾਂ ਸਿਰਫ ਉਹਨਾਂ ਦਾ ਸੀਸ ਆਇਆ। ਕਿੱਡਾ ਜਿਗਰਾ ਮਾਤਾ ਗੁਜਰੀ ਦਾ, ਆਪਣੇ ਪਤੀ ਦਾ ਇਕੱਲਾ ਸੀਸ ਵੇਖ ਕੇ ਉਹਨਾਂ ਨੇ ਅਰਦਾਸ ਕੀਤੀ, ਹੇ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੀ ਨਿਭ ਗਈ ਤੇ ਮੇਰੀ ਨਿਭ ਆਵੇ। ਗੁਰੂ ਤੇਗ ਬਹਾਦਰ ਸਾਹਿਬ ਇਹ ਗਰੁੱਪ ਹੈਗਾ ਭਾਈ ਜੈਤਾ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਸਕਾਰ, ਸੀਸ ਦਾ ਸੰਸਕਾਰ ਜਿਸ ਅਸਥਾਨ ਤੇ ਕੀਤਾ ਗਿਆ ਉਸ ਗੁਰਦੁਆਰਾ ਸਾਹਿਬ ਦਾ ਕੀ ਨਾਮ? ਜਿੱਧਰ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ, ਉੱਧਰ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਹੈਗਾ। ਕਿੱਥੇ ਹੈ ਇਹ? ਦਿੱਲੀ ਵਿੱਚ ਸ਼ੋਭਿਤ ਹੈ। ਦੋ ਸੀਸਗੰਜ ਸਾਹਿਬ ਆ, ਇੱਕ ਦਿੱਲੀ ਚ ਆ ਤੇ ਇੱਕ ਅਨੰਦਪੁਰ ਸਾਹਿਬ ਆ। ਦੋ ਨੰਬਰ ਦੇ ਦਿਓ ਤਾਂ ਇਹਨਾਂ ਨੂੰ। ਗੁਰਦੁਆਰਾ ਸੀਸਗੰਜ ਸਾਹਿਬ ਆ, ਇੱਕ ਥਾਂ ਦੇ ਉੱਤੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਸੀਸ ਅਲੱਗ ਕੀਤਾ, ਉਹ ਸੀਸਗੰਜ ਆ ਦਿੱਲੀ ਦੇ ਚਾਂਦਨੀ ਚੌਂਕ 'ਚ।
एक थान के उत्ते गुरु साहब के सीस का संस्कार किया गया आनंदपुर साहब की धरती से। उत्थे भी गुरद्वारा शीशगंज साहब आ आनंदपुर साहब की धरती से सच्चे पातशाह गुरु तेग बहादुर साहब जी का 400 साल प्रकाश दिहाड़ा आप मना रहे हैं। अंक दसे जान उहदे तो पहला आप सारे जाने गुरु तेग बहादुर साहब जी नूं अखां बंद करके याद करांगे, अरदास करांगे कि जो संसार दे विच करोना महामारी फैली आ, सच्चे पातशाह सारे संसार नूं इहदे तो बचाउण ते तंदुरुस्ती दी दात बख्शण। सारियां ने बहुत ही प्रेम ते श्रद्धा दे नाल चौंकड़ा मार के सावधान होके सच्चे पातशाह नूं याद करना। गुरु तेग बहादुर सिमरिया, गुरु तेग बहादुर सिमरिया, गुरु तेग बहादुर सिमरिया, गुरु तेग बहादुर सिमरिया। कर नौ निध आवे ताए, कर नौ निध आवे ताए, गुरु तेग बहादुर सिमरिया, गुरु तेग बहादुर सिमरिया, गुरु हर कृष्ण ते आए, गुरु हर कृष्ण जिस डिठे सब दुख जाए, जिस डिठे सब दुख जाए, गुरु तेग बहादुर सिमरिया, गुरु तेग बहादुर सिमरिया। वाहेगुरु जी का खालसा, वाहेगुरु जी की फतेह। सो धन श्री गुरु तेग बहादुर साहिब जी दे 400 साल प्रकाश दिहाड़ी नूं समर्पित जिहड़ा एक क्विज इन्हां प्यारे बच्चियां दे नाल होया, ते बहुत खुशी हुंदी है कि सारियां नूं बड़ी जानकारी है, सारियां टीमां ने बहुत ही सोहणे उत्तर दित्ते ने। आपां स्कोर जान लैणे आ, फाइनल स्कोर है, कोई इसदा मतलब ये नहीं कि कोई फस्ट सैकेंड थर्ड फोर्थ आपां कढ़णा हैगा, ये कि बच्चियां नूं इन्हां चीज़ां दे नाल इतिहास दे नाल आपां जोड़ के रखना है। ते सारियां टीमां ने जिहड़ियां उह सारियां टीमां ही पहले नंबर ते ने, पर फिर भी स्कोर आपां जरूर जान लैणे आ। वाहिगुरू जी का खालसा, वाहिगुरू जी की फतेह। भाई मतीदास जी टीम दे स्कोर ने 14, भाई सतीदास जी टीम के कुल स्कोर ने 16, भाई दयाला जी टीम के कुल स्कोर ने 15, भाई जैता जी टीम के कुल स्कोर ने 15 जी। सो हुण स्कोर सारा नूं पता लग गए ने, ते सब तो वध स्कोर केड़ी टीम दे ने, हुण तुसीं आप ही दसो 16 स्कोर केड़ी टीम दे आए ने। भाई सतीदास जी टीम, ये टीम हैगी है, सारे बच्चों नूं आपां जरूर मिलवा दिंदे आं, सारयां दे नाम जानदे आं, क्योंकि सब तो सही आंसर, सब तो वध सही आंसर इन्हां ने दिते ने। तुहाडा नाम? जोरावर सिंह। दयाला जी ते भाई जैता जी टीम, इन्हां दोवां दे स्कोर इको जे हैगे ने, 15-15 स्कोर ने। सो सारे बच्चे फतेह बुलाउणगे। भाई मतीदास जी टीम, ये टीम सब तो मूहरे चल रही सी, पर टीम जिहड़ी तीसरे नंबर ते रह गई है, पर फिर भी बहुत सोहणे आंसर, जिन्नी डिटेल दे विच इस टीम ने आंसर दिते ने उन्ने शायद किसी टीम ने नहीं दिते हैगे, बहुत ही सुचजे तरीके दे नाल उत्तर दिते हैगे ने। सो जरूर आपां हुण जयकारे लावांगे बच्चियां दी चढ़दी कला दे लई, ते इह हुण बच्चे आप ही लाउणगे जयकारे। आपां पंज जरूर गजावांगे गुरु साहिब दे प्रकाश दिहाड़े नूं समर्पित, गुरु साहिब दी शहीदी नूं समर्पित। बोले सोनारे समाप्ती वीर जी कुलदीप सिंह करनगे अपने सारे क्विज प्रोग्राम दी, ते एक जड़ी गुरु साहिब तो आपां सिख्या की लैणी है, जरूर आपां गुरु वीर जी तो सुणांगे। वाहिगुरू जी का खालसा, वाहिगुरू जी की फतेह। सच्चे पातशाह गुरु तेग बहादुर साहब जिन्हां ने मनुखी आजादी मनुखी हक्कां दे वास्ते अपनी शहादत दित्ती, जिन्हां दा समुच्चा जीवन सानू इह प्रेरणा दिंदा कि सानू किसी दा नां दे डर मनना चाहीदा, ना किसी नूं डर देना चाहीदा, अकाल पुरख की रजा अते भाणे दे विच रह के सानू जीवन बतीत करना चाहिदा,
मुश्किल वड्डी तो वड्डी भी आ जावे अकाल पुरख के आसरे ते सानू डोलना नहीं चाहिदा। दूजा जिन्हों की एक बारी बाँह फड़ लीए गुरु साहब जी ने आख्या उन्हां दी बाँह कदी छड़ी दी नहीं, उन्हां दा सहारा बन के रहीदा। सिख दा सहारा तू मेरो मेर परबत स्वामी, ओट गही मैं तेरी ना तुम डोलो ना हम गिरते, रख लीनी हर मेरी। साडा सहारा अकाल पुरखा, साडा सहारा गुरु ग्रंथ साहब आ। समुची मानवता नूं खास करके सिख कौम नूं श्री गुरु ग्रंथ साहब दे लड़ लगना चाहीदा, अमृत छक के गुरु पंथ दा हिस्सा बनना चाहीदा। ये जो संस्था अपने फाउंडेशन ये साहबजादा अजीत सिंह नगर दे विच स्थित आ, तुसी जदों भी चंडीगढ़ माली आओ तां 77 सैक्टर दे विच संस्था इत्थे आण के जरूर दर्शन दिओ जी। वाहिगुरू जी का खालसा वाहिगुरू जी की फतेह। सो असीं वी दा खालस टीवी दे वल्लों तुहानूं सब नूं अपने सारे दर्शकां नूं अपील करांगे, बेनती करांगे कि जदों भी आओ इन्हां बच्चियां नूं जरूर मिल के जाओ। ते इक असीं तुहाडे तों सलाह भी लैणी चाहांगे कि जिस तरह आपां गुरु साहिबानां दे खास दिहाड़ियां दे उत्ते इस तरह क्विज़ कंपीटीशन इन्हां बच्चियां दे नाल करदे हां, की तुसीं चाहुंदे हो कि इह क्विज़ है जिहड़ा आपां लगातार दा खालस टीवी धर्म दे उत्ते हर महीने दे एक बार बच्चों इतिहास के नाल जोड़न दे लई रख्या करिए। थोड़ी की सलाह है सानू कमेंट करके जरूर दस्यो। ते गुरु साहिब दे प्रकाश दिहाड़े दी असीं सारयां नू आपां सारयां नू लख लख मुबारकबाद देने आ। वाहेगुरू जी का खालसा वाहेगुरू जी की फतेह। धर्म राही सच के प्रचार ते प्रसार नूं समर्पित सबसक्राइब करो साडा नवां चैनल द खालस टीवी धर्म।